ਜਸਟਿਸ ਦੇਖ ਰਹੇ ਤੁਸੀਂ ਮੈਂ ਕੇਪੀ ਸਿੰਘ ਟੂ ਦਾ ਪੁਆਇੰਟ ਵੇ ਤੁਹਾਡਾ ਸਭ ਦਾ ਸਵਾਗਤ ਕਰਦਾ ਕੈਪਟਨ ਅਮਰਿੰਦਰ ਸਿੰਘ ਤੇ ਬੇਅਦਬੀ ਕਾਂਡ ਦੇ ਵਿੱਚ ਇਨਸਾਫ ਨਾ ਦਿਵੋ ਸਕਣ ਦੇ ਇਲਜ਼ਾਮ ਲੱਗਦੇ ਪਏ ਆ ਤੇ ਉਹਨਾਂ ਇਲਜ਼ਾਮਾਂ ਦੇ ਵਿਚਾਲੇ ਹੁਣ ਵਿਜੀਲੈਂਸ ਜਾਂਚ ਖੁੱਲਦੀ ਪਈ ਹੈ ਫੋਨ ਕਾਲ ਹੈ ਉਹਨ ਤੇ ਕਥਿਤ ਧਮਕੀ ਦਾ ਇਲਜ਼ਾਮ ਲੱਗਦਾ ਪਿਆ ਤੇ ਮੀ ਟੂ ਵਾਲਾ ਕੇਸ ਆ 3 ਸਾਲਾਂ ਬਾਅਦ ਖੁੱਲਦਾ ਪਿਆ ਨਵਜੋਤ ਸਿੰਘ ਸਿੱਧੂ ਪ੍ਰਗਟ ਸਿੰਘ ਤੇ ਚਰਨਜੀਤ ਚੰਨੀ ਇਹ 3 ਜਣੇ ਨਿਸ਼ਾਨੇ ਤੇ ਆ ਅਤੇ ਕੈਪਟਨ ਅਮਰਿੰਦਰ ਸਿੰਘ 'ਤੇ ਇਲਜ਼ਾਮ ਇਹ ਲੱਗਦੇ ਪਏ ਆ ਕਿ ਸਿਆਸੀ ਬਦਲਾਖੋਰੀ ਤਹਿਤ ਇਹ ਸਭ ਕੁਛ ਹੋ ਰਿਹਾ ਹੈ ਪਰ ਵਿਜੀਲੈਂਸ ਜਾਂਚ ਜਾਂ ਫੋਨ ਕਾਲ ਅਤੇ ਧਮਕੀ ਵਾਲਾ ਮਾਮਲਾ ਜਾਂ ਮੀ ਟੂ ਵਾਲਾ ਕੇਸ ਇਹਨਾਂ ਵਿੱਚ ਕਿੰਨਾ ਸੱਚ ਹੈਗਾ ਕਿੰਨੇ ਤੱਥ ਹੈ ਕਿ ਸਾਰੇ ਸਵਾਲ ਹੋਣੇ ਲਾਜ਼ਮੀ ਹੈ ਪਰ ਕਿ ਇਸ ਸਭ ਨੂੰ ਇਸ ਨਾਲ ਜੋੜ ਕੇ ਦੇਖਿਆ ਜਾਣਾ ਚਾਹੀਦਾ ਕਿ ਕੈਪਟਨ ਦਾ ਵਿਰੋਧ ਇਹਨਾਂ ਨੇ ਕੀਤਾ ਸੀ ਇਸ ਕਰਕੇ ਇਹ ਸਾਰੇ ਕਿਰਕੇ ਆ ਸਾਰੇ ਸਵਾਲ ਹੋਣਗੇ ਕਿਹੜੇ ਚੱਕਰ ਵਿੱਚ ਫਸੀ ਕਾਂਗਰਸ ਤਿੰਨ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਤੇ ਉਸ ਤੋਂ ਬਾਅਦ ਬਿਆਨ ਵੀ ਸੁਣਾਵਾਂਗੇ ਤਿੰਨ ਤਸਵੀਰਾਂ ਨਵਜੋਤ ਸਿੰਘ ਸਿੱਧੂ ਜਿਨ੍ਹਾਂ 'ਤੇ ਨੇੜਲਿਆਂ 'ਤੇ ਵਿਜੀਲੈਂਸ ਜਾਂਚ ਦਾ ਘੇਰਾ ਜਿਹੜਾ ਸ਼ਿਕੰਜਾ ਜਿਹੜਾ ਕੱਸਿਆ ਗਿਆ ਅਤੇ ਪ੍ਰਗਟ ਸਿੰਘ ਕਹਿ ਰਿਹਾ ਕਿ ਮੈਨੂੰ ਫੋਨ 'ਤੇ ਧਮਕੀ ਦਿੱਤੀ ਗਈ ਹੈ ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਅਤੇ ਚੰਦ ਸਿੰਘ ਚੰਨੀ 'ਤੇ ਇਹ ਪੁਰਾਣਾ ਮਾਮਲਾ 2018 ਦਾ ਮੀ ਟੂ ਵਾਲਾ ਇੱਕ IAS ਅਫਸਰ ਵੱਲੋਂ ਇਹ ਇਲਜ਼ਾਮ ਲਾਏ ਗਏ ਸੀ ਅਤੇ ਮਹਿਲਾ ਕਮਿਸ਼ਨ ਉਹ ਕਹਿ ਰਹੀ ਹੈ ਕਿ ਮਹਿਲਾ ਕਮਿਸ਼ਨ ਵੱਲੋਂ ਕਿਹਾ ਗਿਆ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵੱਲੋਂ ਕਿ ਅਸੀਂ ਹੁਣ ਦੱਸਾਂਗੇ ਕਿ ਸਾਡੀ ਸੰਵਿਧਾਨਕ ਤਾਕਤ ਕੀ ਹੁੰਦੀ ਹੈ ਅਤੇ ਚੰਦਸੀ ਚੰਨੀ ਬਾਰੇ ਜਵਾਬ ਮੰਗਿਆ ਸਰਕਾਰ ਤੋਂ 1 ਹਫ਼ਤੇ ਵਿੱਚ ਜਵਾਬ ਨਾ ਮਿਲਿਆ ਤਾਂ ਫਿਰ ਕਿਹਾ ਭੁੱਖ ਹੜਤਾਲ 'ਤੇ ਬੈਠ ਜਾਵੇਗੀ ਸਾਡੀ ਟੀਮ ਅਤੇ ਇਸ ਸਭ 'ਤੇ ਬਿਆਨਬਾਜ਼ੀਆਂ ਤੇਜ਼ ਹੋ ਗਈਆਂ ਪ੍ਰਗਟ ਸਿੰਘ ਦਾ ਬਿਆਨ ਵੀ ਸੁਣ ਲਈਏ ਅਤੇ ਬਾਕੀ ਜਿਹੜੀ ਵਿਰੋਧੀ ਪਾਰਟੀ ਉਹਨਾਂ ਦਾ ਬਿਆਨ ਵੀ ਸੁਣ ਲਈਏ ਮੈਨੂੰ ਵੀਰਵਾਰ ਰਾਤ ਨੂੰ ਕੈਪਟਨ ਸੰਦੀਪ ਸੰਧੂ ਦਾ ਫੋਨ ਆਇਆ ਕਿ ਮੈਨੂੰ CM ਸਾਹਿਬ ਨੇ ਇੱਕ ਮੈਸੇਜ ਦਿੱਤਾ ਅਤੇ ਉਹ ਮੈਸੇਜ ਮੈਂ ਤੈਨੂੰ ਦੇਣਾ ਅਤੇ ਧਮਕੀ ਭਰਿਆ ਮੈਸੇਜ ਮੈਂ ਉਹਨੂੰ 1 ਵਾਰੀ ਨਹੀਂ 2 ਵਾਰੀ ਨਹੀਂ 3 ਵਾਰੀ ਮੈਂ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਆ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਆ ਕਿ ਤੇਰੀਆਂ ਅਸੀਂ ਲਿਸਟਾਂ ਬਹੁਤ ਕੱਢ ਲਈਆਂ ਅਤੇ ਤੈਨੂੰ ਹੁਣ ਅਸੀਂ ਠੋਕਣਾ ਇਸ ਕਰਕੇ ਬੜੇ ਵੱਡੇ ਕੌਨਸਟੀਟਿਊਸ਼ਨਲ ਸਵਾਲ ਖੜੇ ਹੋ ਗਏ ਕਿ ਕੀ ਸਰਕਾਰ ਖੁਦ ਪੁਸ਼ਤ ਪੜਾਈ ਪਹਿਲਾਂ ਕਰਦੀ ਰਹੀ ਕਰਪਸ਼ਨ ਦੀ ਬੰਦਿਆਂ ਨੂੰ ਕਰਪਟ ਕਰਦੀ ਰਹੀ ਅਤੇ ਫਿਰ ਹੁਣ ਉਹਨਾਂ ਨੂੰ ਬਲੈਕਮੇਲ ਕਰਾ ਰਹੀ ਹੈ ਆਪਣੀ ਕੁਰਸੀ ਬਚਾਉਣ ਵਾਸਤੇ ਇਹ ਸਾਰੇ ਦੇ ਉੱਤੇ ਵਿਚਾਰ ਕਰਨ ਵਾਸਤੇ ਵਿਧਾਨ ਸਭਾ ਦਾ ਸੈਸ਼ਨ ਹੋਣਾ ਚਾਹੀਦਾ ਔਰ ਸਾਰਾ ਮਸਲਾ ਪ੍ਰਿਵਿਲੇਜ ਕਮੇਟੀ ਨੂੰ ਰੈਫਰ ਹੋਣਾ ਚਾਹੀਦਾ ਤਾਂ ਜੋ ਸੱਚਾਈ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿਸ ਤਰੀਕੇ ਲੁੱਟ ਹੁੰਦੀ ਰਹੀ ਹੈ ਕਿਸ ਤਰੀਕੇ ਪਹਿਲਾਂ ਪੈਟਰਨੈਂਸ ਕੀਤੀ ਜਾਂਦੀ ਰਹੀ ਹੈ ਕਰਪਸ਼ਨ ਔਰ ਹੁਣ ਕੁਰਸੀਆਂ ਬਚਾਉਣ ਵਾਸਤੇ ਕਿਵੇਂ ਕਰਪਸ਼ਨ ਦਾ ਇਸਤੇਮਾਲ ਹੋ ਰਿਹਾ ਅਤੇ ਉਸ ਟਾਈਮ ਦੇ ਵਿੱਚ ਜਦੋਂ ਪੰਜਾਬ ਸਰਕਾਰ ਨੂੰ ਕਾਂਗਰਸ ਸਰਕਾਰ ਨੂੰ ਸੂਬੇ ਦੇ ਲੋਕਾਂ ਦੇ ਨਾਲ ਖੜਨਾ ਚਾਹੀਦਾ ਸੀ ਪਤਾ ਕਰਨਾ ਚਾਹੀਦਾ ਸੀ ਵੀ ਕਿਹੜੇ ਹਸਪੀਟਲ ਦੇ ਬੈੱਡ ਭਰ ਗਏ ਉੱਥੇ ਆਪਾਂ ਨਵੇਂ ਬੈੱਡ ਅਰੇਂਜ ਕਰਨ ਲਈ ਕੀ ਕਰਨਾ ਆਪਾਂ ਆਕਸੀਜਨ ਦਾ ਅਰੇਂਜਮੈਂਟ ਕਰਨ ਲਈ ਕੀ ਕਰਨਾ ਆਪਾਂ ਇੰਜੈਕਸ਼ਨ ਦਾ ਅਰੇਂਜਮੈਂਟ ਕਰਨ ਲਈ ਕੀ ਕਰਨਾ ਤੇ ਜਦੋਂ ਲੋਕ ਸੈਂਕੜੇ ਹਜ਼ਾਰਾਂ ਪੰਜਾਬ 'ਚ ਮਰ ਰਹੇ ਨੇ ਤੇ ਉਦੋਂ ਸਰਕਾਰ ਮੰਤਰੀ ਕੁਰਸੀ ਦੀ ਲੜਾਈ ਇੱਕ ਦੂਜੇ ਨੂੰ ਬਿਆਨਬਾਜ਼ੀ ਦੂਸ਼ਣਬਾਜ਼ੀ ਦੀ ਲੜਾਈ ਹੈ ਉਹ ਲੜ ਰਹੇ ਨੇ ਸੋ ਇਹ ਵੀ ਜੋ ਅੱਜ ਬਿਆਨਬਾਜ਼ੀ ਹੋਈ ਹੈ ਇਹ ਉਸੇ ਕੜੀ ਦਾ ਹਿੱਸਾ ਹੈਗਾ ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਅਸੀਂ ਇਹ ਪੁੱਛਾਂਗੇ ਕਿ ਕੈਪਟਨ ਦੇ ਆਪਣਿਆਂ 'ਤੇ ਐਕਸ਼ਨ ਨਾਲ ਪੰਜਾਬ ਨੂੰ ਇਨਸਾਫ ਮਿਲ ਜਾਏਗਾ ਪੰਜਾਬ ਕਿਹਦੀ ਤਰਜੀਹ ਹੈਗਾ ਸਾਡਾ ਸਵਾਲ ਇਹ ਹੈ ਅਤੇ ਪੈਨਲ ਸਾਡਾ ਮੌਜੂਦਾ ਨਾਲ ਤੁਹਾਡਾ ਤਾਰਫ ਕਰਾ ਰਿਹਾ ਉਸ ਤੋਂ ਬਾਅਦ ਡਿਬੇਟ ਸ਼ੁਰੂ ਕਰਦੇ ਹਾਂ ਜੈ ਸਿੰਘ ਚਿੱਬੜ ਸੀਨੀਅਰ ਜਰਨਲਿਸਟ ਨੇ ਚਿੱਬੜ ਸਾਹਿਬ ਦਾ ਬੜਾ ਲੰਬਾ ਤਜਰਬਾ ਅਤੇ ਇਹਨਾਂ ਸਾਰੇ ਪ੍ਰਗਟ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਚੰਨੀ ਹਰ ਨਾਲ ਇਹ ਅਕਸਰ ਮਿਲਦੇ ਵੀ ਰਹਿੰਦੇ ਆ ਕਿਉਂਕਿ ਫੀਲਡ ਵਿੱਚ ਰਿਪੋਰਟਿੰਗ ਕਰਦੇ ਆ ਅਤੇ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਸਾਰਾ ਮਾਮਲਾ ਹੈ ਕੀ ਆ ਚਿੱਬੜ ਸਾਹਿਬ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਕੇਬੀ ਜੀ ਅਰਸ਼ਪ੍ਰੀਤ ਸਿੰਘ ਖੜਿਆਲ ਕਾਂਗਰਸ ਸਪੋਕਸਪਰਸਨ ਹੈ ਯੂਥ ਕਾਂਗਰਸ ਨਾਲ ਜੁੜੇ ਹੋਏ ਆ ਖੜਿਆਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਜਗਤਾਰ ਸਿੰਘ ਸੰਘੇੜਾ ਆਮ ਆਦਮੀ ਪਾਰਟੀ ਸਪੋਕਸਪਰਸਨ ਹੈ ਸੰਘੇੜਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਅਰਸ਼ਜੀਤ ਸਿੰਘ ਕਲੇਰ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਹੈ ਕਲੇਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਸਵਾਲ ਖੜਿਆਲ ਸਾਹਿਬ ਤੁਹਾਨੂੰ ਕਰਨਾ ਚਾਹੁੰਗਾ ਖੜਿਆਲ ਸਾਹਿਬ ਸਰ ਠੋਕਣਾ ਤੁਸੀਂ ਬਗਾਨਿਆਂ ਨੂੰ ਸੀਗਾ ਕਿ ਤੁਹਾਡੇ ਆਪਦੇ ਕਹਿਣ ਲੱਗ ਪਏ ਸਾਨੂੰ ਠੋਕਣਾ ਸ਼ੁਰੂ ਕਰ ਦਿਆ ਤੁਸੀਂ ਕਲੀਅਰ ਕੱਟ ਦੱਸਣਾ ਚਾਹੁੰਦਾ ਹੈ ਕਿ ਜੋ ਜੋ ਇਹ ਸਟੇਟਮੈਂਟਸ ਆਈਆਂ ਇਹ ਲੋਕਾਂ ਤੋਂ ਦੇ ਆਰ ਫਾਲਸ ਐਂਡ ਦੇ ਆਰ ਫੈਬਰੀਕੇਟਡ ਦੂਜੀ ਗੱਲ ਕੈਪਟਨ ਸਾਹਿਬ ਆਪਦੇ ਆਪ ਦੇ ਵਿੱਚ ਇੱਕ ਐਗਜ਼ਾਮਪਲ ਨੇ ਬਿਕੋਜ਼ ਉਹਨਾਂ ਨੇ ਕੋਈ ਸਟੋਨ ਲੈਫਟ ਨਹੀਂ ਕੀਤਾ ਹੀ ਹੈਜ਼ਨਟ ਲੈਫਟ ਐਨੀ ਸਟੋਨ ਅਨਟਰਨਡ ਜਿਹੜੇ ਕਲਪ੍ਰਿਟਸ ਹੈ ਉਹਨਾਂ ਨੂੰ ਸਜ਼ਾ ਦਿਵਾਉਣ ਪਿੱਛੇ ਭਾਵੇਂ ਉਹ ਨਵੀਂ ਸਿੱਟ ਦੀ ਕੰਪੋਜੀਸ਼ਨ ਹੋਵੇ ਭਾਵੇਂ
ਜਿਹੜੇ ਅੱਜ ਦੇ ਤਰੀਕ ਦੇ ਵਿੱਚ 6 ਬੰਦੇ ਅਰੈਸਟ ਹੋ ਕੇ ਰਿਮਾਂਡ ਲਿਆ ਗਿਆ ਆਪਣਾ ਫਰੀਦਕੋਟ ਕੋਰਟ ਦੇ ਵਿੱਚ, ਭਾਵੇਂ ਉਹ ਕੈਪਟਨ ਸਾਹਿਬ ਦੀ ਸਟੇਟਮੈਂਟ ਹੋਵੇ ਬੈਕ ਇਨ ਦਾ ਡੇ ਕਿ ਜੋ ਵੀ ਹਾਈ ਕੋਰਟ ਦਾ ਆਰਡਰ ਆਊਗਾ ਉਹਨੂੰ ਅਸੀਂ ਚੈਲੰਜ ਕਰਾਂਗੇ ਜੇ ਐਡਵਰਸ ਹੋਇਆ ਸਿੱਟ ਦੇ ਖਿਲਾਫ। ਨਾਲੇ ਕੈਪਟਨ ਸਾਹਿਬ ਨੇ ਇਹ ਸਿੱਟ ਵੀ ਬਣਾਈ, ਇਹ ਡਿਸੀਜਨ ਹਾਈ ਕੋਰਟ ਦਾ ਸੀਗਾ। ਖੜਿਆਲ ਸਾਹਿਬ, 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 ਮੈਂ ਚੰਨ ਸਿੰਘ ਚੰਨੀ ਤੋਂ ਸ਼ੁਰੂ ਕਰਦਾ ਸਰ, ਬੈਕ ਤੋਂ ਸ਼ੁਰੂ ਕਰਦਾ, ਜਿਹੜਾ ਤੀਜਾ ਬੰਦਾ ਤੁਹਾਡੇ ਨਿਸ਼ਾਨੇ 'ਤੇ ਹੈ। ਚੰਨ ਸਿੰਘ ਚੰਨੀ ਦਾ 2018 ਦਾ ਮਾਮਲਾ ਸਰ, ਹੁਣ ਤੱਕ ਤੁਸੀਂ ਬਚਾਉਂਦੇ ਰਹੇ ਚੰਨ ਸਿੰਘ ਚੰਨੀ ਨੂੰ? ਨਹੀਂ, ਬਿਲਕੁਲ ਨਹੀਂ। ਜੇ ਬਚਾਇਆ ਹੁੰਦਾ ਤਾਂ ਦੇ ਵੁੱਡ ਹੈਵ ਬੀਨ ਨੋ ਐਕਸ਼ਨ ਟੇਕਨ ਅਗੇਂਸਟ ਹਿਮ, ਬਟ ਜੇ ਐਕਸ਼ਨ ਹੋਇਆ ਉਹਦਾ ਮਤਲਬ ਹੈ ਕਿ ਕੋਈ ਵੀ ਹੈ ਬੰਦਾ, ਭਾਵੇਂ ਪਾਰਟੀ ਦਾ, ਭਾਵੇਂ ਪਾਰਟੀ ਦੇ ਬਾਹਰ ਹੈ, ਭਾਵੇਂ ਜੋ ਮਰਜ਼ੀ ਹੈ, ਜੇ ਉਹਨੇ ਗਲਤ ਕੀਤਾ ਹੀ ਸ਼ੁੱਡ ਬੀ ਪਨਿਸ਼ਡ ਫੋਰ ਦੈਟ, ਸਿੰਪਲ ਐਸ ਦੈਟ। ਠੀਕ ਹੈ ਛਿੱਬੜ ਸਾਹਿਬ, ਇਹ ਸਰ ਇਹ ਮਾਮਲਾ ਸਾਰਾ ਸਿਆਸੀ ਬਦਲਾਖੋਰੀ ਦਾ ਲੱਗਦਾ ਤੁਹਾਨੂੰ ਛਿੱਬੜ ਸਾਹਿਬ, ਜਾਂ ਇਹਦੇ ਵਿੱਚ ਜਿਵੇਂ ਮਿਸਟਰ ਖੜਿਆਲ ਕਹਿ ਰਹੇ ਹੈ ਕਿ ਕੈਪਟਨ ਸਾਹਿਬ ਹੈ ਬਿਨਾਂ ਗੱਲ ਤੋਂ ਐਕਸ਼ਨ ਨਹੀਂ ਲੈਂਦੇ ਗਏ, ਕੈਪਟਨ ਸਾਹਿਬ ਨੂੰ ਪਤਾ, ਉਸ ਤੋਂ ਬਾਅਦ ਹੀ ਐਕਸ਼ਨ 'ਚ ਆਉਂਦੀ ਹੈ ਸਰਕਾਰ? ਕੇਪੀ ਜੀ, ਸਭ ਤੋਂ ਪਹਿਲਾਂ ਤਾਂ ਦੇਖੋ ਇਹ ਬਿਲਕੁਲ ਜਿਹੜਾ ਫੈਸਲਾ ਕੈਪਟਨ ਅਮਰਿੰਦਰ ਸਿੰਘ ਹੋਰੀ ਲੈ ਰਹੇ ਨੇ, ਇਹ ਇੱਕ ਤਰ੍ਹਾਂ ਦਾ ਨਾਲ ਜਿਹੜੀਆਂ ਉਹਨਾਂ ਦੇ ਖਿਲਾਫ ਬਗਾਵਤ ਦੀਆਂ ਆਵਾਜ਼ਾਂ ਉੱਠ ਰਹੀਆਂ ਨੇ ਪਾਰਟੀ ਦੇ ਅੰਦਰ, ਉਹਨਾਂ ਦਾ ਜਵਾਨ ਬੰਦ ਕਰਨ ਵਾਸਤੇ, ਉਹਨਾਂ ਨੂੰ ਨੁਕਰੇ ਲਾਉਣ ਵਾਸਤੇ ਇਹ ਫੈਸਲਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਂ ਉਹਨਾਂ ਦੀ ਟੀਮ ਵੱਲੋਂ ਲਿਆ ਗਿਆ ਜੀ। ਹੁਣ ਇਹ ਖੜਿਆਲ ਸਾਹਿਬ ਕਹਿ ਰਹੇ ਸੀਗੇ ਕਿ ਇਹ ਸਾਰੀਆਂ ਕਾਲਜ ਜਿਹੜੀਆਂ ਫੈਬਰੀਕੇਟ ਨੇ, ਮੈਂ ਪਹਿਲਾਂ ਇਹ ਗੱਲ ਸਪਸ਼ਟ ਕਰਨ ਦੇਣਾ ਕਿ ਚਾਹੁੰਦਾ, ਜਦੋਂ ਕੈਪਟਨ ਸੰਦੀਪ ਸੰਧੂ ਨੇ ਪ੍ਰਗਟ ਸਿੰਘ ਹੋਰਾਂ ਨੂੰ ਕਾਲ ਕੀਤੀ ਤਾਂ ਪ੍ਰਗਟ ਸਿੰਘ ਨੇ ਦੂਜੇ ਦਿਨ ਫਿਰ ਕੈਪਟਨ ਸੰਦੀਪ ਸੰਧੂ ਹੋਰਾਂ ਨੂੰ ਇੱਕ ਫੋਨ ਕਰਕੇ ਕਿਹਾ ਕਿ ਜਿਹੜਾ ਮੈਂ ਕੱਲ੍ਹ ਸੁਨੇਹਾ ਲਾਇਆ ਸੀਗਾ ਉਹ ਮੇਰਾ ਸੁਨੇਹਾ ਤੁਸੀਂ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਨੂੰ ਲਾ ਦਿੱਤਾ, ਤਾਂ ਉਹਨਾਂ ਨੇ ਕਿਹਾ ਕਿ ਹਾਂ ਮੈਂ ਸੁਨੇਹਾ ਲਾ ਦਿੱਤਾ। ਹੁਣ ਆਪਾਂ ਉਹ ਗੱਲ ਇੱਥੇ ਸਿੱਧੀ ਦਰਸ਼ਕਾਂ ਨੂੰ ਨਹੀਂ ਕਹਿ ਸਕਦੇ ਕਿ ਪ੍ਰਗਟ ਸਿੰਘ ਨੇ ਕੀ ਕਿਹਾ, ਪਰ ਪ੍ਰਗਟ ਸਿੰਘ ਨੇ ਇੰਨਾ ਸਪਸ਼ਟ ਕਹਿ ਦਿੱਤਾ ਕਿ ਜਿਹੜੇ ਅਫਸਰਾਂ ਦੀਆਂ ਲੱਤਾਂ ਦੇ ਪਰ ਭਾਰ ਝੱਲਦਾ ਉਹ ਜਿਹੜੇ ਮਰਜ਼ੀ ਅਫਸਰ ਨੂੰ ਮੇਰੀ ਜਾਂਚ ਵਾਸਤੇ ਭੇਜ ਦਿਓ, ਮੈਂ ਤੁਹਾਡਾ ਵੈਲਕਮ ਕਰਦਾ, ਸਵਾਗਤ ਕਰਦਾ। ਮੂਰਲੀਆਂ ਜਿਹੜੀਆਂ ਦੋ ਲਾਈਨਾਂ ਸੀਗੀਆਂ ਮੈਂ ਉਹ ਇਸ ਕਰਕੇ ਕੱਟ ਦਿੱਤੀਆਂ, ਸਰੋਤੇ ਦੇ ਵਿੱਚ ਸਾਡੀਆਂ ਮਾਵਾਂ ਵੀ ਆ, ਸਾਡੀਆਂ ਭੈਣਾਂ ਵੀ ਆ, ਕਿਉਂਕਿ ਉਹਨੇ ਉਹ ਪੰਜਾਬੀ ਜਦੋਂ ਕੋਈ ਗੱਲ ਕਰਦਾ ਨਾ ਗੁੱਸੇ 'ਚ ਉਹ ਫਿਰ ਉਹ ਗਾਲ ਕੱਢ ਕੇ ਕਰਦਾ ਜੀ, ਉਹ ਉਹਨਾਂ ਨੇ ਕੋਈ ਉਹ ਗੱਲ ਕਹੀ ਸੀਗੀ ਉਹ ਆਪਾਂ ਇੱਥੇ ਦੱਸ ਨਹੀਂ ਸਕਦੇ। ਤੇ ਦੂਜੀ ਗੱਲ ਜਿਹੜੀ ਗੱਲ ਕਹਿ ਰਿਹਾ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਬਚਾ ਨਹੀਂ ਰਹੀ ਸਾਡੀ ਪਾਰਟੀ, ਕੰਮ ਨਹੀਂ ਦੀ ਕਰ ਰਹੀ ਸੀਗੀ, ਦੇਖੋ 2018 ਦਾ ਮਾਮਲਾ, ਜੇਕਰ ਉਹਨਾਂ ਨੇ ਇੱਕ ਐਡੀ ਵੱਡੀ ਗਲਤੀ ਕੀਤੀ ਸੀਗੀ, ਇੱਕ IAS ਅਫਸਰ ਦੇ ਖਿਲਾਫ ਉਹਨਾਂ ਨੇ ਗਲਤ ਮੈਸੇਜ ਭੇਜੇ ਤਾਂ ਪਾਰਟੀ ਨੂੰ ਉਦੋਂ ਹੀ ਸਖ਼ਤ ਫੈਸਲਾ ਲੈਣਾ ਚਾਹੀਦਾ ਸੀਗਾ, ਉਹਨੂੰ ਮੰਤਰੀ ਮੰਡਲ ਤੋਂ ਬਾਹਰ ਕੱਢਣਾ ਚਾਹੀਦਾ ਜਾਂ ਫਿਰ ਉਹਦੇ ਖਿਲਾਫ਼ ਜਿਹੜਾ ਕੇਸ ਦਰਜ ਕਰਨਾ ਚਾਹੀਦਾ ਸੀਗਾ। ਉਦੋਂ ਪਾਰਟੀ ਨੇ, ਮੁੱਖ ਮੰਤਰੀ ਨੇ ਇਹਨਾਂ ਨੂੰ ਬਚਾਇਆ, ਬਚਾ ਕੇ ਰੱਖਿਆ ਤੇ ਆਪਣੇ ਦਬਾਅ ਹੇਠ ਕੰਮ ਕਰਵਾਉਂਦੇ ਰਹੇ। ਆਪਾਂ ਹੁਣ ਮੰਨ ਕੇ ਚੱਲੀਏ ਚਰਨਜੀਤ ਚੰਨੀ ਦੀ ਕੁਰਸੀ ਗਈ, ਬਿਲਕੁਲ ਨਹੀਂ ਜਾਣੀ ਜੀ। ਮੈਂ ਤੁਹਾਨੂੰ ਦੱਸਿਆ ਇਹ ਸਿਰਫ ਡਰਾ ਦੀ, ਇੱਕ ਡਰਾਬੇ ਦੀ ਇੱਕ ਰਾਜਨੀਤੀ ਕੀਤੀ ਜਾ ਰਹੀ ਹੈ ਤੇ ਡਰਾਬਾ ਦਿੱਤਾ ਜਾ ਰਿਹਾ। ਮੈਂ ਤੁਹਾਨੂੰ ਇੱਕ ਗੱਲ, ਥੋੜੀ ਜਿਹੀ ਪਿਛਲੇ ਮਹੀਨੇ ਜਦੋਂ ਕੈਬਨਿਟ ਦੀ ਮੀਟਿੰਗ ਹੋਈ ਆ, ਹੁਣ ਤੱਕ ਤਾਂ ਕੈਪਟਨ ਅਮਰਿੰਦਰ ਸਿੰਘ ਵਰਚੁਅਲ ਮੀਟਿੰਗਾਂ ਕਰਦੇ ਸੀਗੇ, ਤੁਹਾਡੇ ਯਾਦ ਹੋਵੇਗਾ ਕੇਪੀ ਜੀ, ਪਿਛਲੇ ਮਹੀਨੇ ਪੰਜਾਬ ਭਵਨ ਦੇ ਵਿੱਚ ਇੱਕ ਕੈਬਨਿਟ ਦੀ ਮੀਟਿੰਗ ਹੋਈ ਆ, ਕੈਪਟਨ ਅਮਰਿੰਦਰ ਸਿੰਘ ਨੇ ਉਸ ਦਿਨ ਸਾਰੇ ਮੰਤਰੀਆਂ ਦੀ ਚੰਗੀ ਝਾੜ ਝੰਬ ਕੀਤੀ, ਇੱਥੋਂ ਤੱਕ ਕਹਿ ਦਿੱਤਾ ਕਿ ਤੁਸੀਂ ਕਿਆ ਤੀਵੀਆਂ ਵਾਂਗ ਪਿੱਠ ਪਿੱਛੇ ਬੁੜ ਬੁੜ ਕਰੀ ਜਾਂਦੇ ਆ, ਜੇਕਰ ਕਿਸੇ ਨੂੰ ਮੇਰੇ ਤੇ ਭਰੋਸਾ ਨਹੀਂ, ਜੇ ਮੇਰੀ ਕਾਰਗੁਜ਼ਾਰੀ ਚੰਗੀ ਨਹੀਂ ਲੱਗਦੀ ਤਾਂ ਅਸਤੀਫਾ ਦੇ ਦਿਓ। ਉਸ ਦਿਨ ਸਾਰੇ ਜਿਹੜੇ ਮੰਤਰੀ ਤੇ ਚੁੱਪ ਕਰਕੇ ਬੈਠ ਗਏ, ਸਿਰਫ ਤੇ ਉਸ ਮੀਟਿੰਗ ਦੇ ਵਿੱਚ ਸੁਨੀਲ ਜਾਖੜ ਸੀਗਾ, ਉਹਨਾਂ ਨੇ ਅਸਤੀਫਾ ਦਿੱਤਾ ਤੇ ਸੁਨੀਲ ਜਾਖੜ ਦੇ ਕਹਿਣ ਤੇ ਸੁੱਖੀ ਰੰਧਾਵਾ ਨੇ ਅਸਤੀਫਾ ਦਿੱਤਾ। ਸੁਨੀਲ ਜਾਖੜ ਦਾ ਅਸਤੀਫਾ ਕੈਪਟਨ ਅਮਰਿੰਦਰ ਸਿੰਘ ਨੇ ਪਾੜ ਦਿੱਤਾ ਤੇ ਸੁੱਖੀ ਰੰਧਾਵੇ ਦਾ ਅਸਤੀਫਾ ਗੋਲ ਕਰਕੇ ਆਪਣੀ ਜੇਬ ਦੇ ਵਿੱਚ ਪਾ ਲਿਆ। ਇਹ ਸਿਰਫ ਡਰਾਵੇ ਦੀ ਜਿਹੜੀ ਪੋਲਿਟਿਕਸ ਆ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਵੱਲੋਂ ਕੀਤੀ ਜਾ ਰਹੀ ਆ। ਠੀਕ ਹੈ, ਮੈਂ ਵਾਪਸ ਆਊਂਗਾ ਛਿੱਬੜ ਸਾਹਿਬ, ਮੈਂ ਤੁਹਾਡੀ ਰਿਪੋਰਟ ਪੜ੍ਹੀ ਸੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ। ਇੱਕ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਕੈਪਟਨ ਤੇ ਸਿੱਧੂ ਦੇ ਕੈਂਪ ਦੇ ਕਲੇਸ਼ ਵਿੱਚ ਪੰਜਾਬ ਕਿੱਥੇ ਹੈਗਾ, ਸਾਡਾ ਸਵਾਲ ਇਹ ਹੈਗਾ। ਪਰ ਇਸ ਕਥਿਤ ਧਮਕੀ ਵਾਲੇ ਮਾਮਲੇ ਵਿੱਚ 3 ਕੈਪਟਨ ਦਾ ਕਨੈਕਸ਼ਨ ਕੀ ਹੈਗਾ? ਵਾਪਸ ਆ ਰਹੇ। ਇੱਕ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਅਸੀਂ ਵੱਡਾ ਸਵਾਲ ਇੱਕੋ ਪੁੱਛ ਰਹੇ ਹਾਂ ਕਿ ਕੈਪਟਨ ਦੇ ਆਪਣੇ ਤੇ ਐਕਸ਼ਨ ਨਾਲ ਪੰਜਾਬ ਨੂੰ ਇਨਸਾਫ ਮਿਲ ਜਾਵੇਗਾ। ਜਗਤਾਰ ਸਿੰਘ, ਜਿਹੜਾ ਆਮ ਆਦਮੀ ਪਾਰਟੀ ਦਾ ਰਿਐਕਸ਼ਨ ਕੀ ਹੈ? ਦੇਖੋ, ਇਹ ਇਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਨਾ ਤਾਂ
ਜਿਹੜੇ ਲੋਕ ਭਿਆਨਕ ਬਿਮਾਰੀ ਨਾਲ ਡੈਥ ਹੋ ਰਹੀਆਂ ਉਹਨਾਂ ਦਾ ਫਿਕਰ ਹੈ, ਨਾ ਹੋਰ ਕਿਸੇ ਵੀ ਗੱਲਾਂ ਦਾ ਫਿਕਰ ਹੈ। ਇਹ ਸਿਰਫ ਆਪਣੀ ਰਾਜਨੀਤੀ ਕਰਨ ਲੱਗੇ ਹੋਏ ਆ ਸਿਆਸਤ ਦੇ ਵਿੱਚ। ਤੇ ਬਾਕੀ ਤੁਹਾਨੂੰ ਪਤਾ ਹੈ 2022 ਬਾਰੇ ਸਾਰਾ ਕੁਛ ਹੋ ਰਿਹਾ ਆ, ਅੰਦਰਲੀ ਲੜਾਈ ਹੈ ਇਹਨਾਂ ਦੀ ਪਾਵਰ ਦੀ। ਪਰ ਇੱਕ ਗੱਲ ਜ਼ਰੂਰ ਹੈ ਵੀ ਕੈਪਟਨ ਅਮਰਿੰਦਰ ਸਿੰਘ ਪੁਰਾਣੇ ਬਲੈਕਮੇਲਰ ਨੇ, ਹੁਣ ਹੀ ਨਹੀਂ ਹੈਗੇ। ਜਿਸ ਤਰ੍ਹਾਂ ਛਿੱਬੜ ਸਾਹਿਬ ਨੇ ਕਿਹਾ ਆ, ਜਾਂ ਤਾਂ ਚੰਨੀ ਵਿਰੁੱਧ ਮੁਕਦਮਾ ਦਰਜ ਕਰੋ, ਜੇ ਉਦੋਂ ਨਹੀਂ ਕੀਤਾ ਹੁਣੇ ਹੀ ਕਰ ਲਓ। ਪਰ ਨਹੀਂ ਕਰਨਾ ਇਹਨਾਂ ਨੇ। ਸ਼ਾਇਦ ਤੁਹਾਨੂੰ ਯਾਦ ਹੋਊਗਾ 2002 ਦੀ ਸਰਕਾਰ ਵੇਲੇ ਬੀਬੀ ਭੱਠਲ ਦੇ ਵਿਰੁੱਧ 20 ਲੱਖ ਦੇ ਗਬਨ ਦਾ ਕੇਸ ਪਾਇਆ ਸੀਗਾ, ਉਹ ਬਾਅਦ ਚ ਵਾਪਸ ਲੈ ਲਿਆ। ਤੇ ਜਿਹੜੀਆਂ ਕਹਿੰਦੇ ਰਸੀਦਾਂ ਲੱਗ ਗਈਆਂ, ਕਾਫੀ ਦੇਰ ਚੱਲਦਾ ਰਿਹਾ, ਜਦੋਂ ਤੱਕ ਉਹ ਮਾਇਲਡ ਹੋ ਗਿਆ ਫਿਰ ਉਹ ਤੋਂ ਬਾਅਦ ਉਹ ਵਾਪਸ ਲੈ ਲਿਆ। ਪਹਿਲਾਂ ਬਠਿੰਡੇ ਵੱਲ ਚੱਲਦਾ ਸੀ, ਬਾਅਦ ਇੱਥੇ ਚੰਡੀਗੜ੍ਹ ਲੈ। ਸੰਗੇੜਾ ਸਾਹਿਬ, ਸੰਗੇੜਾ ਸਾਹਿਬ, ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਬਲੈਕਮੇਲਰ ਕਹਿ ਰਹੇ ਹੋ, ਮੈਂ ਸਹੀ ਸੁਣ ਰਿਹਾ, ਇਹੀ ਕਹਿ ਰਹੇ ਹੋ? ਬਿਲਕੁਲ, ਆਪਣੀ ਪਾਰਟੀ ਚ ਆਪਣੇ ਸਿਆਸੀ ਸਕੋਰ ਸੈਟਲ ਕਰਨ ਲਈ ਜਾਂ ਆਪਣੀ ਜਿਹੜੀ ਗਤੀ ਆ ਉਹਨੂੰ ਕਾਇਮ ਰੱਖਣ ਲਈ ਉਹ ਆਪਣੇ ਬੰਦਿਆਂ ਨੂੰ ਬਲੈਕਮੇਲ ਕਰ ਰਹੇ ਆ, ਆਪਣੇ ਮੰਤਰੀਆਂ ਨੂੰ, ਆਪਣੇ MLAs ਨੂੰ। ਪਹਿਲਾਂ ਬੀਬੀ ਰਜਿੰਦਰ ਕੌਰ ਭੱਠਣ ਨਾਲ ਵੀ ਇਹੀ ਕੀਤਾ। ਮੈਂ ਤਾਂ ਇਹ ਕਹਿੰਦਾ ਵੀ ਜੇ ਉਹ 20 ਲੱਖ ਦਾ ਕੇਸ ਉਹ ਸਹੀ ਸੀਗਾ ਫਿਰ ਛੱਡਿਆ ਕਿਉਂ? ਹੁਣ ਇਹ ਪ੍ਰਗਟ ਸਿੰਘ ਉਹਨਾਂ ਨੂੰ ਕਰ ਰਹੇ ਆ ਜਾਂ ਸਿੱਧੂ ਸਾਹਿਬ ਨੂੰ ਕਰ ਰਹੇ ਆ, ਦੋਨਾਂ ਦੀ ਛਵੀ ਸਾਫ਼ ਹੈ। ਬਾਕੀ ਚਲੋ, ਜੇ ਇਹਨਾਂ ਕੋਲ ਰਿਕਾਰਡ ਹੈਗਾ ਕੋਈ, ਇਹਨਾਂ ਨੇ ਹੁਣ ਆਹ ਟਾਈਮ ਕਿਉਂ ਚੁਣਿਆ? ਪਹਿਲਾਂ 4 ਸਾਲ ਕੀ ਕਰਦੇ ਰਹੇ ਆ? ਪਹਿਲਾਂ ਉਹਨਾਂ ਨੂੰ ਘਰ ਸੱਦ ਕੇ ਪਰੌਠੇ ਖਵਾਉਂਦੇ ਰਹੇ ਆ। ਦੇਖੋ, ਇਹ ਕੋਈ ਤਰੀਕਾ ਨਹੀਂ ਹੈ। ਚੰਨੀ ਵਿਰੁੱਧ ਵੀ ਮਾਮਲਾ 2018 ਦਾ ਆ, ਉਦੋਂ ਹੀ ਮੁਕਦਮਾ ਦਰਜ ਹੋਣਾ ਚਾਹੀਦਾ ਸੀਗਾ। IAS ਆਫਿਸਰ ਦੀ ਜੇ ਕੋਈ ਕੰਪਲੇਂਟ ਹੈ ਉਹ ਔਨ ਰਿਕਾਰਡ ਹੈ, ਮੈਸੇਜ ਸਾਰੇ ਉਹ ਡਿਲੀਟ ਕੀਤੇ ਆ ਵੀ ਨਹੀਂ ਡਿਲੀਟ ਹੋਣੇ। ਸੰਗੇੜਾ ਸਾਹਿਬ, ਸੰਗੇੜਾ ਸਾਹਿਬ, ਸੰਗੇੜਾ ਸਾਹਿਬ, ਸੰਗੇੜਾ ਸਾਹਿਬ, ਸੰਗੜਾ ਸਾਹਿਬ, ਮੈਂ ਮੰਨ ਕੇ ਚੱਲਾਂ ਕਿ ਆਮ ਆਦਮੀ ਪਾਰਟੀ ਨਵਜੋਤ ਸਿੰਘ ਸਿੱਧੂ ਤੇ ਪ੍ਰਗਟ ਸਿੰਘ ਦੇ ਹੱਕ 'ਚ ਖੜੀ ਹੈ ਤੇ ਚਰਨਜੀਤ ਸਿੰਘ ਚੰਨੀ ਦੇ ਵਿਰੋਧ 'ਚ ਖੜੀ ਹੈ। ਨਹੀਂ, ਅਸੀਂ ਹੱਕ 'ਚ ਨਹੀਂ ਖੜੇ, ਇਹਨਾਂ ਵਿਰੁੱਧ ਹੈ ਨਹੀਂ ਕੁਛ ਹਾਲ ਦੀ ਘੜੀ। ਛਵੀ ਹੁੰਦੀ ਹੈ ਨਾ ਵਿਅਕਤੀ ਦੀ, ਚੰਨੀ ਜਿਹੜਾ ਚੰਨੀ ਹੋਣਾ ਦੀ ਰਿਕਾਰਡ ਤੇ ਆਈ ਆ ਗੱਲ, ਅਸੀਂ ਉਹਨੂੰ ਕਿਦਾਂ ਸਹੀ ਕਹਿ ਦਈਏ? ਠੀਕ 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 ਮੁਕਦਮਾ ਦਰਜ ਹੋਣਾ ਚਾਹੀਦਾ ਸੀਗਾ। ਠੀਕ ਠੀਕ, ਕਲੀਅਰ ਸਾਹਿਬ, ਅਸੀਂ ਕਲੀਅਰ। ਪ੍ਰਗਟ ਸਿੰਘ ਤੇ ਪ੍ਰਗਟ ਸਿੰਘ ਦੀਆਂ ਕੋਈ ਲਿਸਟਾਂ ਅਕਾਲੀ ਦਲ ਨੂੰ ਪਤਾ ਵੀ ਜਿਹੜੀ ਜਿੰਦੇ ਪ੍ਰਗਟ ਸਿੰਘ ਘਿਰ ਸਕਦੇ ਆ? ਕਲੀਅਰ ਸਾਹਿਬ, ਦੇਖੋ KP ਜੀ, ਗੱਲ ਇਹ ਹੈਗੀ ਹੈ ਕਿ ਇਹ ਦੇਖਣਾ ਸਰਕਾਰ ਨੇ, ਇਹ ਦੇਖਣਾ ਵਿਜੀਲੈਂਸ ਬਿਊਰੋ ਨੇ। ਪਰ ਗੱਲ ਅੱਜ ਮੋਟੀ ਮੋਟੀ ਕੀ ਹੈ ਕਿ ਆਪਾਂ ਜਿੱਦਾਂ ਕਹਿੰਦੇ ਨੀ ਹੁੰਦੇ ਪਿੰਡਾਂ ਦੇ ਵਿੱਚ ਕਿ ਜਦੋਂ ਕੋਈ ਗੱਲ ਬਹੁਤ ਵਿਗੜ ਜਾਂਦੀ ਆਪਾਂ ਕਹਿੰਦੇ ਆ ਗੱਲ ਸਹੁੰ ਤੇ ਨਿਬੜਦੀ ਹੈ। ਸੋ ਇਸ ਕਾਂਗਰਸ ਸਰਕਾਰ ਨੇ ਉਹੀ ਗੁਟਕਾ ਸਾਹਿਬ ਦੀ ਜਿਹੜੀ ਝੂਠੀ ਸਹੁੰ ਖਾਧੀ ਹੈ, ਇਹ ਅੱਜ ਹੁਣ ਉਹ ਮਹਾਰਾਜ ਦਾ ਕੌਤਕ ਸਾਹਮਣੇ ਆ ਰਿਹਾ। ਔਰ ਇਹ ਤੁਸੀਂ ਦੇਖੀ ਚੱਲੋ ਕਿ ਇਹਨਾਂ ਦਾ ਹਾਲ ਕੀ ਹੁੰਦਾ। ਪਰ ਮੇਰੀ ਇੱਕ ਬੇਨਤੀ ਹੈ, ਅੱਜ ਜਦੋਂ ਇਹ ਗੱਲਾਂ ਸਪਸ਼ਟ ਹੋ ਗਈਆਂ, ਚਾਹੇ ਚੰਨੀ ਬਾਰੇ ਅੱਜ ਵੁਮੈਨ ਕਮਿਸ਼ਨ ਦੇ ਚੇਅਰਮੈਨ ਬੜਾ ਖੁੱਲ੍ਹ ਕੇ ਬੋਲੇ ਨੇ, ਆਹੀ ਨਵਜੋਤ ਸਿੱਧੂ ਦੀ ਵਿਜੀਲੈਂਸ ਦੀ ਇਨਕੁਆਇਰੀ ਹੈ, ਹੁਣ ਪ੍ਰਗਟ ਸਿੰਘ ਨੂੰ ਵੀ ਕਿਹਾ ਜਾ ਰਿਹਾ। ਸੋ ਜਾਂ ਤਾਂ ਸਰਕਾਰ ਨੇ ਅੱਜ ਤੱਕ ਬਾਕੀ ਤਾਂ ਕੁਛ ਨਹੀਂ ਕੀਤਾ, 4.5 ਸਾਲ 'ਚ ਲੋਕਾਂ ਨੂੰ ਜਿਹੜੇ ਸਬਜ਼ ਬਾਗ ਦਿਖਾਏ ਸੀ, ਘੱਟੋ ਘੱਟ ਹੁਣ ਆਹ ਇਨਕੁਆਇਰੀਆਂ ਕਿਸੇ ਸਿਰੇ ਲਾ ਦੋ ਤਾਂ ਕਿ ਲੋਕਾਂ ਨੂੰ ਪਤਾ ਲੱਗੇ। ਕਲੀਅਰ ਸਾਹਿਬ, ਕਲੀਅਰ ਸਾਹਿਬ, ਕਲੀਅਰ ਸਾਹਿਬ, ਕਲੀਅਰ ਸਾਹਿਬ, ਇੱਕ ਮਿੰਟ ਸਰ, ਕਲੀਅਰ ਸਾਹਿਬ, ਕਲੀਅਰ ਸਾਹਿਬ, ਕਲੀਅਰ ਸਾਹਿਬ, ਇੱਕ ਮਿੰਟ, ਇੱਕ ਮਿੰਟ, ਤੱਕ ਸੀਮਤ ਨਾ ਰੱਖਿਆ ਜਾਵੇ। ਕਲੀਅਰ ਸਾਹਿਬ, ਤੁਸੀਂ ਹਾਈ ਕੋਰਟ ਦੇ ਵਿੱਚ ਬੈਠਦੇ ਹੋ, ਬੜੇ ਕੇਸ ਲੜਦੇ ਹੋ, ਸਰ ਵਿਜੀਲੈਂਸ ਦੀ ਜਾਂਚ ਤੇ ਅਕਾਲੀ ਦਲ ਨੂੰ ਭਰੋਸਾ ਹੈਗਾ? ਕਲੀਅਰ ਸਾਹਿਬ, ਅਕਾਲੀ ਦਲ ਨੂੰ ਭਾਰਤ ਦੇ ਜੁਡੀਸ਼ੀਅਲ ਸਿਸਟਮ ਤੇ ਪੂਰਨ ਭਰੋਸਾ। ਸਰ ਮੈਂ ਵਿਜੀਲੈਂਸ ਜਾਂਚ ਤੇ ਪੁੱਛ ਰਿਹਾ। ਕਲੀਅਰ ਸਾਹਿਬ, ਮੈਂ ਤੁਹਾਨੂੰ ਇੱਕ ਗੱਲ ਸਪਸ਼ਟ ਕਰਤੀ ਜੀ ਕਿ ਮੈਨੂੰ ਸਾਨੂੰ ਅਕਾਲੀ ਦਲ ਨੂੰ ਜੁਡੀਸ਼ੀਅਲ ਸਿਸਟਮ ਤੇ ਭਰੋਸਾ। ਔਰ ਅਗਰ ਅੱਜ ਕਿਸੇ ਤੇ ਵੀ ਉਂਗਲ ਉੱਠੀ ਹੈ, ਸਾਡੇ ਤੇ ਵੀ ਵਿਜੀਲੈਂਸ ਉਂਗਲ ਚੱਕਦੀ ਰਹੀ ਹੈ। ਅਸੀਂ ਕੋਰਟਾਂ ਦੇ ਵਿੱਚ ਜਾ ਕੇ ਉਹਦਾ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਦੇ ਰਹੇ ਹਾਂ। ਸੋ ਅਸੀਂ ਅੱਜ ਵੀ ਕਹਿੰਦੇ ਹਾਂ ਕਿ ਜੇ ਕੋਈ ਇਨਕੁਆਇਰੀ ਲੋਕਾਂ ਦੇ ਸਾਹਮਣੇ ਰੱਖੋ। ਕਲੀਅਰ ਸਾਹਿਬ, ਅਗਲੂ ਪਤਾ ਕੀ ਹੈ? ਚਲੋ ਕਲੀਅਰ ਸਾਹਿਬ, ਆਪਾਂ ਸਵਾਲ ਹੋਰ ਸਿੱਧਾ ਕਰ ਲੈਂਦੇ ਹਾਂ। ਕੈਪਟਨ ਅਮਰਿੰਦਰ ਸਿੰਘ ਤੇ ਕੋਈ ਵਿਜੀਲੈਂਸ ਜਾਂਚ ਬੈਠੀ ਸੀ? ਮੈਂ ਇਹ ਗੱਲ ਕਹਿਣਾ KP ਜੀ ਕਿ ਹਰ ਇੱਕ ਲੀਡਰ ਤੇ ਵਿਜੀਲੈਂਸ ਜਾਂਚ ਬੈਠੀ ਹੈ। ਸਰ ਮੇਰਾ, ਸਰ ਠੀਕ ਹੈ, ਕਲੀਅਰ ਸਾਹਿਬ, ਮੈਂ ਬੜਾ ਸਪੈਸਿਫਿਕ ਸਵਾਲ ਕਰਦਾ ਪਿਆ ਸਰ। ਸਰ ਕੈਪਟਨ ਅਮਰਿੰਦਰ ਸਿੰਘ ਤੁਹਾਡੇ ਵਿਰੋਧੀ ਹੈ ਨਾ ਸਰ? ਇੱਕ ਮਿੰਟ ਕਲੀਅਰ ਸਾਹਿਬ, ਕਲੀਅਰ ਸਾਹਿਬ, ਪਲੀਜ਼ ਸੁਣ ਲਓ। ਕਲੀਅਰ ਸਾਹਿਬ, ਸਵਾਲ ਤਾਂ ਸੁਣ ਲਓ ਨਾ। ਕੈਪਟਨ ਅਮਰਿੰਦਰ ਸਿੰਘ ਤੁਹਾਡੇ ਵਿਰੋਧੀ ਹੈ ਨਾ? ਮੈਂ ਤਾਂ ਤੁਹਾਡੇ ਵਿਰੋਧੀ ਦਾ ਸਵਾਲ ਲੈ ਰਿਹਾ, ਤੁਹਾਡਾ ਤਾਂ ਪੁੱਛ ਹੀ ਰਿਹਾ ਵੀ ਤੁਹਾਨੂੰ ਵਿਜੀਲੈਂਸ ਜਾਂਚ ਨੇ ਕੀ ਕਿਹਾ ਜਾਂ ਵਿਜੀਲੈਂਸ ਨੇ ਕੀ ਕੀਤਾ। ਕੈਪਟਨ ਅਮਰਿੰਦਰ ਸਿੰਘ ਤੇ ਵਿਜੀਲੈਂਸ ਜਾਂਚ ਬੈਠੀ ਸੀ, ਉਸ ਦਾ ਕੀ ਬਣਿਆ? ਮੈਂ KP ਜੀ, ਤੁਸੀਂ ਜਿਸ ਗੱਲ ਤੇ ਆ ਰਹੇ ਹੋ, ਮੈਂ ਤੁਹਾਨੂੰ ਉਹਦਾ ਬਿਲਕੁਲ ਸਟ੍ਰੇਟ ਆਨਸਰ ਦੇ ਰਿਹਾ ਕਿ ਵਿਜੀਲੈਂਸ ਜਾਂਚ ਦਾ ਜੋ ਹੈ ਕਰਕੇ ਕੋਰਟ ਦੇ ਵਿੱਚ ਚਲਾਣ ਦੇਣ, ਫਿਰ ਪਤਾ ਲੱਗ ਜੂ ਸੱਚਾ ਕਿ ਝੂਠਾ, ਇਹ ਕੋਰਟ ਨੇ ਡਿਸਾਈਡ ਕਰਨਾ। ਸੋ ਅਗਰ ਅੱਜ ਸਿਰਫ ਤੁਸੀਂ ਆਪਣੀ ਇਕੱਲੀ ਕੁਰਸੀ ਦੀ ਲੜਾਈ ਲੜ ਰਹੇ ਹੋ ਤਾਂ ਫਿਰ ਉਹ ਮਾੜੀ ਗੱਲ ਹੈ। ਕਲੀਅਰ ਸਾਹਿਬ, ਤੁਸੀਂ ਮੇਰੇ ਸਵਾਲ ਦਾ ਜਵਾਬ ਦਿੱਤਾ ਨਹੀਂ ਵੈਸੇ। ਅਰਸ਼ਪ੍ਰੀਤ ਖੜਿਆਲ, ਖੜਿਆਲ ਸਾਹਿਬ, ਪ੍ਰਗਟ ਸਿੰਘ ਤੇ ਇਲਜ਼ਾਮ ਇਹੋ ਜਿਹੇ ਹੋ ਸਕਦੇ ਆ? ਮੈਂ ਤੁਹਾਨੂੰ ਤਾਂ ਪੁੱਛ ਰਿਹਾ ਖੜਿਆਲ ਸਾਹਿਬ, ਪ੍ਰਗਟ ਸਿੰਘ ਦਾ ਟਰੈਕ ਰਿਕਾਰਡ ਬੜਾ ਸਾਫ਼ ਸੁਥਰਾ ਸਾਡੇ ਅੱਗੇ ਪਿਆ। ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪ੍ਰਗਟ ਸਿੰਘ, ਜਿਨ੍ਹਾਂ ਨੇ ਕਦੇ ਵੀ ਇਹ ਇਹਨਾਂ ਮੁੱਦਿਆਂ ਦੇ ਉੱਤੇ
आपदे आप नूं रोकिया नहीं गा, चिट्ठियां तक लिखते रहे, खुल के बोलते रहे खड़ियाल साहब। अज तुहानूं प्रगट सिंह नहीं चंगे लगते पे। मैं सिद्धू साहब का सवाल नहीं कर रहा, ना मिस्टर चन्नी का कर रहा, प्रगट सिंह का सवाल कर रहा, बड़ा स्पेसिफिक। मिस्टर खड़ियाल जी, सिंह साहब देखो, कुछ लोग लाइमलाइट दे बड़े भुखे होंदे आ। कैप्टन साहब ने प्रगट सिंह जी नाल मीटिंग कीती सी 28 अप्रैल नूं। ਉਹਨਾਂ ਦੀ ਕੱਲੀ ਕੱਲੀ ਕੁਐਰੀ, ਕੱਲੀ ਕੱਲੀ ਜਿਹੜੀ ਡਾਊਟ ਉਹਨਾਂ ਦੇ ਸੀਗੇ, ਆਲ ਆਫ ਦੇਮ ਵਰ ਸੈਟੀਸਫਾਈਡ। ਖੜਿਆਲ ਸਾਹਿਬ ਮਾਫ ਕਰਨਾ, ਖੜਿਆਲ ਸਾਹਿਬ ਇੱਕ ਮਿੰਟ ਮਾਫ ਕਰਨਾ ਮੈਨੂੰ ਖੜਿਆਲ ਸਾਹਿਬ, ਮੈਂ ਸ਼ਬਦ ਬੋਲਣ ਲੱਗਿਆ। ਪ੍ਰਗਟ ਸਿੰਘ ਨੂੰ ਲਾਈਮਲਾਈਟ ਦੀ ਜੇ ਭੁੱਖ ਹੈਗੀ ਆ ਸਰ, ਫਿਰ ਕਿਸੇ ਦੀ ਭੁੱਖ ਦੂਰ ਨਹੀਂ ਹੋ ਸਕਦੀ। ਇਹ ਉਹ ਪ੍ਰਗਟ ਸਿੰਘ ਹੈ ਜਿਹਨੇ ਦੇਸ਼ ਦਾ ਝੰਡਾ ਚੱਕ ਕੇ ਦੇਸ਼ ਦੀ ਨੁਮਾਇੰਦਗੀ ਕੀਤੀ ਹੈ। ਖੜਿਆਲ ਸਾਹਿਬ ਹਜੇ ਵੀ ਲਾਈਮਲਾਈਟ ਦੇ ਭੁੱਖੇ ਆ ਪ੍ਰਗਟ ਸਿੰਘ? ਮੈਂ ਤਾਂ ਤੁਹਾਡੇ ਇਸ ਬਿਆਨ ਨਾਲ ਇਤਫਾਕ ਨਹੀਂ ਜ਼ਿਆਦਾ। ਖੜਿਆਲ ਸਾਹਿਬ ਤੁਹਾਨੂੰ ਇਹ ਬਿਆਨ ਵਾਪਸ ਲੈਣਾ ਚਾਹੀਦਾ। ਸਿੰਘ ਸਾਹਿਬ ਦੇਖੋ, ਹਿਊਮਨ ਨੇਚਰ ਇਜ਼ ਅਨਪ੍ਰੈਡਿਕਟੇਬਲ। ਦੇਰ ਇਜ਼ ਐਨ ਓਲੰਪੀਸ਼ੀਅਨ ਰੈਸਲਰ ਹੈ, ਦੋ ਵਾਰੀ ਓਲੰਪਿਕਸ ਦੇ ਵਿੱਚ ਗੋਲਡ ਲੈ ਕੇ ਆਇਆ ਇੰਡੀਆ ਲਈ। ਟੁਡੇ ਹੀ ਇਜ਼ ਰਨਿੰਗ, ਹੀ ਇਜ਼ ਅਬਸਕੌਂਡਿੰਗ ਆਫਟਰ ਹੈਵਿੰਗ ਕਿਲਡ ਸਮਬਡੀ। ਚਲੋ ਤੁਹਾਡੀ ਜਾਣਕਾਰੀ ਲੱਗਦਾ ਨਾ, ਦੋ ਵਾਰੀ ਗੋਲਡ ਨਹੀਂ ਹੈਗਾ ਓਲੰਪਿਕ ਚ ਉਹਨਾਂ ਦਾ, ਤੁਹਾਡੀ ਜਾਣਕਾਰੀ ਲੈ ਦੱਸਦੇ। ਅੱਗੇ ਬੋਲੋ ਸਿੰਘ ਸਾਹਿਬ। ਦੇਖੋ, ਜਸਟ ਬਿਕੋਜ਼ ਸਮਬਡੀ ਹੈਜ਼ ਅ ਗੁੱਡ ਪਾਸ ਡਸ ਨਾਟ ਮੀਨ ਹੀ ਕੈਨ ਚੇਂਜ। ਦੂਜੀ ਗੱਲ ਇਹ ਹੈ ਕਿ ਕੈਪਟਨ ਸਾਹਿਬ ਜਦੋਂ ਆਪ ਕਹਿ ਰਹੇ ਆ 6 ਜਣੇ ਅਰੈਸਟ ਹੋਏ ਆ, ਸੁਖਜਿੰਦਰ ਸਿੰਘ, ਰਣਜੀਤ ਸਿੰਘ, ਨਿਸ਼ਾਨ ਸਿੰਘ, ਸ਼ਕਤੀ ਸਿੰਘ, ਬਲਜੀਤ ਸਿੰਘ ਤੇ ਪ੍ਰਦੀਪ ਕੁਮਾਰ, ਦੇ ਹੈਵ ਬੀਨ ਅਰੈਸਟਡ ਆਲਰੇਡੀ। ਸਰ ਉਹ ਪਹਿਲਾਂ ਵੀ ਕੀਤੇ ਸੀਗੇ ਖੜਿਆਲ ਸਾਹਿਬ, ਪਹਿਲਾਂ ਵੀ ਕੀਤੇ ਸੀਗੇ, ਅੱਜ ਨਵਾਂ ਕੀ ਕਰ ਲਿਆ ਆਪਾਂ ਦੱਸੋ? ਦੇ ਆਰ ਨਾਟ ਦ ਸੇਮ ਪਰਸਨਸ ਕੇਪੀ ਸਿੰਘ ਜੀ। ਰਿਮਾਂਡ ਹੈਜ਼ ਬੀਨ ਟੇਕਨ ਬਾਈ ਦ ਫਰੀਦਕੋਟ ਕੋਰਟ। ਦੂਜੀ ਗੱਲ ਮੈਂ ਇਹ ਕਰਨਾ ਚਾਹੁੰਦਾ, ਦੇਖੋ ਇਹ ਜਿਹੜੇ 4-5 ਲੋਕ ਹੈਗੇ ਜਿਹੜੇ ਲਾਈਮਲਾਈਟ ਚਾਹੁੰਦੇ ਆ, ਕੈਪਟਨ ਸਾਹਿਬ ਨੇ ਓਪਨਲੀ ਕਿਹਾ ਕਿ ਤੁਸੀਂ ਆਓ, ਤੁਹਾਡੇ ਡਿਫਰੈਂਸਿਸ ਹੈਗੇ ਆ, ਦੇ ਕੈਨ ਬੀ ਟੇਕਨ ਕੇਅਰ ਆਫ, ਬਟ ਟੂ ਗੋ ਆਊਟ ਆਫ ਦ ਵੇ, ਕੋਈ ਐਵੀਡੈਂਸ ਨਹੀਂ, ਕੋਈ ਪ੍ਰੂਫ ਨਹੀਂ, ਕੋਈ ਰਿਕਾਰਡਿੰਗ ਨਹੀਂ, ਕੁਛ ਏ ਬੀ ਸੀ ਕੁਛ ਨਹੀਂ, ਬਸ ਹਵਾ ਚ ਗੱਲ ਕਰਨੀ, ਉਹਦੇ ਨਾਲ ਕੁਛ ਵੀ ਸਾਬਿਤ ਹੁੰਦਾ ਨਹੀਂ। ਤੇ ਦੇਰ ਇਜ਼ ਅ ਨੈਚੁਰਲ ਪ੍ਰਿੰਸੀਪਲ ਆਫ ਨੈਚੁਰਲ ਜਸਟਿਸ ਦੈਟ ਵਨ ਇਜ਼ ਟੂ ਬੀ ਪ੍ਰੀਜ਼ਿਊਮਡ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ। ਇੱਕ ਸਾਈਡ ਸੁਣ ਕੇ ਕਿਸੇ ਨੂੰ ਇੱਕ ਫੈਸਲਾ ਨਹੀਂ ਕਰਨਾ ਚਾਹੀਦਾ, ਦੂਜੀ ਸਾਈਡ ਨੂੰ ਵੀ ਸੁਣ ਲੈਣਾ ਚਾਹੀਦਾ। ਤੇ ਇਹ ਸਾਈਡ ਇਹ ਹੈ ਕਿ ਕੈਪਟਨ ਸਾਹਿਬ ਦੇ ਸਿਰ ਮੈਨੂੰ ਖੜਿਆਲ ਸਾਹਿਬ ਕੁਝ ਵੀ ਇਦਾਂ ਦਾ ਕੁਝ ਵੀ ਕਿਹਾ ਨਹੀਂ ਹੈਗਾ, ਇਟਸ ਫੈਬਰੀਕੇਟਡ ਐਂਡ ਫਾਲਸ। ਖੜਿਆਲ ਸਾਹਿਬ, ਨਵਜੋਤ ਸਿੰਘ ਸਿੱਧੂ ਦੇ ਨੇੜਲਿਆਂ ਤੇ ਸਾਰੇ ਕਦੋਂ ਦੇ ਕੇਸ ਹੈ ਜਿਹੜੇ ਹੁਣ ਜਿਨ੍ਹਾਂ ਦੀ ਜਾਂਚ ਹੈ ਜਿਹੜੀ ਉਹ ਮੀਡੀਆ ਵਿੱਚ ਆ ਗਈ ਹੈ, ਕਦੋਂ ਦੇ ਕੇਸ ਹੈ? I would not like to comment on that because the investigation is going on. ਚਲੋ ਠੀਕ ਹੈ, ਮਿਸਟਰ ਛਿੱਬੜ, ਜੋ ਕਾਂਗਰਸ ਸਪੋਕਸਪਰਸਨ ਇਹ ਗੱਲ ਕਹਿ ਰਹੇ ਹੈ ਕਿ ਕੈਪਟਨ ਸਾਹਿਬ ਬਿਨਾਂ ਸਬੂਤਾਂ ਤੋਂ, ਬਿਨਾਂ ਤੱਥਾਂ ਤੋਂ ਕੋਈ ਐਕਸ਼ਨ ਨਹੀਂ ਲੈਂਦੇਗੇ, ਉਹ ਮੈਂ ਪਹਿਲਾਂ ਵੀ ਇਹ ਸਵਾਲ ਕੀਤਾ ਸੀ ਛਿੱਬੜ ਸਾਹਿਬ, ਸਰ ਇਸ ਨੂੰ ਸਿਰਫ ਸਿਆਸੀ ਬਦਲਾਖੋਰੀ ਤਹਿਤ ਹੀ ਦੇਖਿਆ ਜਾਵੇ ਛਿੱਬੜ ਸਾਹਿਬ? ਚੰਨੀ ਦੇ ਖਿਲਾਫ਼ ਕੋਈ ਸਬੂਤ ਹੋਣਗੇ ਇਹਨਾਂ ਕੋਲ, ਜਾਂ ਮਿਸਟਰ ਸਿੱਧੂ ਦੇ ਆਸ ਪਾਸ ਜਿਹੜੇ ਬੰਦੇ ਆ ਉਹਨਾਂ ਦੇ ਸਬੂਤ ਹੋਣਗੇ, ਪ੍ਰਗਟ ਸਿੰਘ ਦੇ ਖਿਲਾਫ਼ ਕੋਈ ਸਬੂਤ ਹੋਣਗੇ, ਤਾਂ ਹੀ ਕੋਈ ਐਕਸ਼ਨ ਹੋ ਰਿਹਾ ਸਰ ਛਿੱਬੜ ਸਾਹਿਬ? ਕੇਪੀ ਜੀ ਦੇਖੋ, ਮੈਂ ਪਹਿਲਾਂ ਵੀ ਗੱਲ ਕਿਹਾ ਵੀ ਜਿਸ ਅਧਿਕਾਰੀ ਦੇ ਖਿਲਾਫ, ਜਿਸ ਪੋਲੀਟੀਸ਼ੀਅਨ ਦੇ ਖਿਲਾਫ, ਜਿਸ ਬੰਦੇ ਦੇ ਖਿਲਾਫ ਕੋਈ ਸਬੂਤ ਹੈ ਜਾਂ ਉਹਦੇ ਖਿਲਾਫ ਕੋਈ ਕੰਪਲੇਂਟ ਆਉਂਦੀ ਆ, ਤਾਂ ਜਿਹੜਾ ਐਕਸ਼ਨ ਆ ਤੁਰੰਤ ਹੋਣਾ ਚਾਹੀਦਾ। ਸਵਾਲ ਇਹ ਹੈ ਕੇਪੀ ਜੀ, ਅੱਜ ਇਹਨਾਂ ਨੇ ਕਿਹਾ ਕਿ ਇਹਨਾਂ ਦਾ ਨਾਂ ਨਵਜੋਤ ਸਿੱਧੂ, ਪ੍ਰਗਟ ਸਿੰਘ ਹੋਰੀ ਜਾਂ ਬਾਕੀਆਂ ਦਾ ਜਿਹੜੇ ਹੈਗੇ ਆ ਵੀ ਉਹ ਆ ਜਿਹੜੇ ਲਾਈਮਲਾਈਟ ਆਉਣਾ ਚਾਹੁੰਦੇ ਨੇ। ਇੱਕ ਮਹੀਨਾ ਪਹਿਲਾਂ ਤੱਕ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੱਧੂ ਨੂੰ ਵਾਰ ਵਾਰ ਕਹੀ ਗਏ ਕਿ ਤੂੰ ਆਓ ਕੈਬਨਿਟ ਵਾਸਤੇ, ਤੁਹਾਡੀ ਜਿਹੜੀ ਸਪੇਸ ਆ ਉਹ ਖਾਲੀ ਪਈ ਆ, ਅਹੁਦਾ ਸੰਭਾਲੋ, ਅਹੁਦਾ ਸੰਭਾਲੋ। ਜੇ ਕੈਪਟਨ ਅਮਰਿੰਦਰ ਸਿੰਘ ਅਹੁਦਾ ਸੰਭਾਲ ਲੈਂਦੇ, ਆਪਣੇ ਨਵਜੋਤ ਸਿੱਧੂ ਕੈਪਟਨ ਦੀ ਵਜ਼ਾਰਤ ਵਿੱਚ ਅਹੁਦਾ ਸੰਭਾਲ ਲੈਂਦੇ, ਉਹਨਾਂ ਮੰਤਰੀ ਮੰਡਲ ਦੀ ਜਿਹੜੀ ਉਹ ਕਹਿ ਰਹੇ ਸੀਗੇ ਵੀ ਉਹ ਮੰਨ ਲੈਂਦੇ ਉਹਨਾਂ ਦੀ ਗੱਲ, ਤਾਂ ਫਿਰ ਨਵਜੋਤ ਸਿੱਧੂ ਦੁੱਧ ਧੋਤਾ ਸੀਗਾ, ਬਿਲਕੁਲ ਸਾਫ਼ ਸੀਗਾ। ਅੱਜ ਨਵਜੋਤ ਸਿੱਧੂ ਵਾਰ ਵਾਰ ਟਵੀਟ ਕਰਕੇ ਜੋ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵਾਅਦੇ ਕੀਤੇ ਆ ਲੋਕਾਂ ਦੇ ਨਾਲ 2017 ਦੇ ਵਿੱਚ, ਉਹ ਗੱਲਾਂ ਨੂੰ ਯਾਦ ਦਵਾ ਰਹੇ ਨੇ ਕਿ ਇਹ ਗੱਲਾਂ ਜਿਹੜੀਆਂ ਪੂਰੀਆਂ ਕੀਤੀਆਂ ਜਾਣ, ਜਿਹੜੇ ਵਾਅਦੇ ਤੇ ਦਾਅਵੇ ਅਸੀਂ ਕਰਕੇ ਆਏ ਨੇ। ਅੱਜ ਉਹਨਾਂ ਗੱਲਾਂ ਨੂੰ, ਟਵੀਟਾਂ ਨੂੰ ਲੈ ਕੇ ਅੱਜ ਜਾਣੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਦੇ ਜਿਹੜੇ ਕਲੀਗਜ ਨੇ ਇਹ ਲੱਗਣ ਲੱਗ ਗਿਆ ਕਿ ਜਿਹੜੇ ਨਵਜੋਤ ਸਿੱਧੂ ਆ ਉਹ ਲਾਈਮਲਾਈਟ ਚੋਣਾਂ ਚਾਹੁੰਦੇ ਨੇ, ਅਖਬਾਰਾਂ ਦੀ ਭੁੱਖ ਆ ਜਾਂ ਮੀਡੀਆ ਦੀ ਭੁੱਖ ਆ ਜੀ। ਜੇ ਉਹਨਾਂ ਨੂੰ ਲੱਗ ਰਿਹਾ ਕਿ ਕਾਰਵਾਈ ਕਰਦੇ, ਕੱਲ੍ਹ ਤੁਹਾਡੇ ਯਾਦ ਹੋਣਾ ਸੁਖਵਿੰਦਰ, ਆਪਣੇ ਸੁੱਖੀ ਜੀ ਉਹਨਾਂ ਨੇ ਵੀ, ਸੁਖਜਿੰਦਰ ਰੰਧਾਵਾ ਉਹਨਾਂ ਨੇ ਵੀ ਇਹ ਗੱਲ ਕਹੀ ਆ ਕਿ ਜੇਕਰ ਹੁਣ ਤੱਕ ਕਾਂਗਰਸ ਦੀ ਲੀਡਰ, ਅਕਾਲੀ ਲੀਡਰਸ਼ਿਪ ਨੂੰ ਇਹ ਗੱਲ ਕਹਿੰਦੀ ਰਹੀ ਆ ਕਿ ਸਾਡੇ ਕੋਲ ਕੋਈ ਸਬੂਤ ਨਹੀਂ, ਸਾਡੇ ਕੋਈ ਗੱਲ ਨਹੀਂ, ਫਿਰ ਗਲਤੀ ਮੰਨ ਲੈਣ, ਕਹਿ ਦੇਣਾ ਵੀ ਅਸੀਂ ਲੋਕਾਂ ਨੂੰ ਗੁਮਰਾਹ ਕਰਦੇ ਰਹੇ ਨੇ ਬੇਅਦਬੀ ਮਾਮਲਿਆਂ ਨੂੰ ਲੈ ਕੇ ਜਾਂ ਬਰਗਾੜੀ ਮਾਮਲਿਆਂ ਨੂੰ ਲੈ ਕੇ, ਫਿਰ ਕੈਪਟਨ ਅਮਰਿੰਦਰ ਸਿੰਘ ਤਾਂ ਸਾਰੀ ਕਾਂਗਰਸ ਲੀਡਰਸ਼ਿਪ ਇਹ ਕਹਿ ਤਾਂ ਦੇਣ ਨਾ ਜਾ ਕੇ ਉੱਥੇ, ਇਹ ਗੱਲ ਕੱਲ੍ਹ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨੇ ਕਹੀ ਆ, ਉਹਨਾਂ ਰਿਕਾਰਡ ਕਹੀ ਆ ਟੀਵੀ ਦੇ ਵਿੱਚ ਜਾ ਕੇ। ਇਹਦਾ ਮਤਲਬ ਤੁਸੀਂ ਹੁਣ ਤੱਕ ਸਾਰੀ ਅਕਾਲੀ ਲੀਡਰਸ਼ਿਪ ਨੂੰ ਬਦਨਾਮ ਕੀਤਾ, ਇਹ ਤਾਂ ਲੋਕ ਪੰਜਾਬ ਦਾ ਬੱਚਾ ਬੱਚਾ ਕਹਿ ਰਿਹਾ ਕਿ ਅੱਜ ਤੁਸੀਂ ਮਿਲ ਕੇ ਗੇਮ ਖੇਡ ਰਹੇ ਆ, ਇਹ ਤਾਂ ਦੱਸਣਾ ਹੀ ਪਊਗਾ ਨਾ ਵੀ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀਗਾ ਵੀ ਟਰਾਂਸਪੋਰਟ ਮਾਫੀਆ ਖਤਮ।
ਕਰਾਂਗੇ। ਟਰਾਂਸਪੋਰਟ ਮਾਫੀਆ ਖਤਮ ਕਰਤਾ, ਇਹਦਾ ਦੱਸਿਆ ਹੀ ਹੋਊਗਾ ਵੀ ਤੁਸੀਂ ਕੇਵਲ ਮਾਫੀਆ ਖਤਮ ਕਰਨ ਦੀ ਗੱਲ ਕੀਤੀ ਸੀ, ਕੇਵਲ ਮਾਫੀਆ ਖਤਮ ਕੀਤਾ, ਇਹਦਾ ਤੁਸੀਂ ਵਾਅਦਾ ਕਰਕੇ ਸੀ ਅਸੀਂ ਮੈਨਿਕ ਮਾਫੀਆ ਖਤਮ ਕਰਾਂਗੇ, ਮੈਨਿਕ ਮਾਫੀਆ ਖਤਮ ਕਰਤਾ, ਇਹਦਾ ਤੁਸੀਂ ਜਿਹੜੀ ਗੱਲ ਕਮੇਲ ਸਾਹਿਬ ਕਹਿ ਰਹੇ ਆ, ਸਾਰੇ ਅਕਾਲੀ ਆਗੂ ਕਹਿ ਰਹੇ ਨੇ। ਮੈਨੂੰ ਮਾਈਨਿੰਗ ਤੋਂ ਯਾਦ ਆ ਗਿਆ ਛਿੱਬੜ ਸਾਹਿਬ, ਮਾਈਨਿੰਗ ਤੋਂ ਯਾਦ ਛਿੱਬੜ ਸਾਹਿਬ, ਛਿੱਬੜ ਸਾਹਿਬ ਮਾਈਨਿੰਗ ਤੋਂ ਮੈਨੂੰ ਯਾਦ ਆ ਗਿਆ, ਵਿਧਾਨ ਸਭਾ ਦੇ ਸੈਸ਼ਨ 'ਚ ਤੁਸੀਂ ਉਦੋਂ ਵੀ ਹੋਵੋਗੇ ਜਦੋਂ ਕੈਪਟਨ ਸਾਹਿਬ ਨੇ ਕਿਹਾ ਸੀਗਾ ਮੇਰੇ ਕੋਲ ਲਿਸਟ ਹੈਗੀ ਸਾਰਿਆਂ ਦੀ, ਸਰ ਉਹ ਕੀ ਮਾਮਲਾ ਸੀ? ਬਿਲਕੁਲ, ਇਹ ਬਾਰ ਬਾਰ ਗੱਲ ਕਹਿੰਦੇ ਰਹੇ ਕੈਪਟਨ ਅਮਰਿੰਦਰ ਸਿੰਘ ਕਿ ਮੇਰੇ ਕੋਲ ਸਾਰਿਆਂ ਦੇ ਵੀ ਮੇਰੇ ਕੋਲ ਸਾਰੇ ਆਗੂ ਆ ਜਿਹੜੇ ਉਹਨਾਂ ਦੀ ਲਿਸਟ ਆ ਵੀ ਕਿਹਨੇ ਕੀ ਕੀਤਾ ਕਿਹਨੇ ਕੀ ਕੀਤਾ। ਅੱਜ ਉਹ ਲਿਸਟ ਕਿੱਥੇ ਗਈ ਕੈਪਟਨ ਅਮਰਿੰਦਰ ਸਿੰਘ ਦੱਸਣ? ਉਹ ਤਾਂ ਲਿਸਟਾਂ ਪ੍ਰਗਟ ਸਿੰਘ ਦੀਆਂ ਕੱਢਦੇ ਪਏ ਆ ਜੀ, ਕਹਿੰਦੇ ਪ੍ਰਗਟ ਸਿੰਘ ਦੀਆਂ ਲਿਸਟਾਂ ਤਿਆਰ ਹੈ, ਪ੍ਰਗਟ ਸਿੰਘ ਇਹ ਕਹਿ ਰਹੇ ਆ। ਦੇਖੋ ਕੇਪੀ ਜੀ, ਦੇਖੋ 2022 ਦੀਆਂ ਚੋਣਾਂ ਨੂੰ ਲੈ ਕੇ ਸਾਰਾ ਕੁਝ ਕੀਤਾ ਜਾ ਰਿਹਾ, ਆਪਣੇ ਬੰਦਿਆਂ ਨੂੰ ਡਰਾਇਆ ਜਾ ਰਿਹਾ, ਇਹਦੇ ਉੱਪਰ ਕੋਈ ਕੁਛ ਨਹੀਂ। ਇਹ ਸਿਰਫ ਇਹ ਹੈ ਵੀ ਜਿਹੜੀਆਂ 2-4-5 ਜਿਹੜੀਆਂ ਆਵਾਜ਼ਾਂ ਉੱਠ ਰਹੀਆਂ ਇਹਨਾਂ ਨੂੰ ਦਬਾ ਲਓ, ਉਹ ਤੋਂ ਬਾਅਦ ਜਿਹੜੀਆਂ ਹੋਰ ਅੰਦਰ ਖਾਤੇ ਜਿਹੜੀਆਂ ਮੀਟਿੰਗਾਂ ਚੱਲ ਰਹੀਆਂ, ਜਿਹੜੇ ਵਿਧਾਇਕ ਗੱਲਾਂ ਕਰ ਰਹੇ ਨੇ, ਉਹਨਾਂ ਨੂੰ ਸਿਰਫ ਡਰਾਉਣ ਵਾਸਤੇ ਇਹ ਪ੍ਰੈਕਟਿਸ ਕੀਤੀ ਜਾ ਰਹੀ ਹੈ। ਇਹਦੇ ਉੱਪਰ ਕੁਛ ਨਹੀਂ, ਜਿੰਨਾ ਤੁਹਾਡੇ ਯਾਦ ਹੋਊਗਾ, ਜਿੰਨਾ ਸਪਰਿੰਗ ਨੂੰ ਦਵਾਵਾਂਗੇ, ਜਿੰਨਾ ਬੁਲਬਲੇ ਨੂੰ ਦਵਾਵਾਂਗੇ, ਉਹਨਾਂ ਉਹਦਾ ਪਟਾਕਾ ਜਿਹੜਾ ਜ਼ਿਆਦਾ ਪਵੇਗਾ, ਉਹ ਜ਼ਿਆਦਾ ਸਪਰਿੰਗ ਉਛਲੇਗਾ। ਇਹ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਪਾਲਿਸੀ ਹੈ, ਮੈਨੂੰ ਨਹੀਂ ਲੱਗਦਾ ਵੀ ਕੌਣ ਚਲਾ ਰਿਹਾ ਜਾਂ ਕੌਣ ਕਰ ਰਿਹਾ, ਇਹ ਬਿਲਕੁਲ ਗਲਤ ਪ੍ਰੈਕਟਿਸ ਹੈ, ਇਹਦਾ ਨੁਕਸਾਨ ਆ ਜਿਹੜਾ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਪਾਰਟੀ ਨੂੰ ਹੋਵੇਗਾ। ਠੀਕ, ਮੈਂ ਹੋਰ ਛੋਟਾ ਬ੍ਰੇਕ ਲਊਂਗਾ, ਬ੍ਰੇਕ ਤੋਂ ਵਾਪਸ ਆਵਾਂਗੇ। ਆਪਣਿਆਂ ਦੀਆਂ ਫਾਈਲਾਂ ਓਪਨ ਕਰ ਲਈਆਂ ਤੇ ਵਿਰੋਧੀਆਂ ਦੀਆਂ ਕਦੋਂ ਓਪਨ ਹੋਣਗੀਆਂ, ਸਵਾਲ ਇਹ ਕੀਤੇ ਜਾ ਰਹੇ ਆ, ਇਹ ਆਮ ਲੋਕ ਸਵਾਲ ਕਰਦੇ ਪਏ। ਵਾਪਸ ਆ ਰਹੇ ਹਾਂ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਕਿਹੜੇ ਚੱਕਰ ਵਿੱਚ ਫਸੀ ਕਾਂਗਰਸ? ਅਸੀਂ ਵੱਡਾ ਸਵਾਲ ਇੱਕੋ ਪੁੱਛ ਰਹੇ ਹਾਂ ਕਿ ਕੈਪਟਨ ਦੇ ਆਪਣੇ ਦੇ ਐਕਸ਼ਨ ਨਾਲ ਪੰਜਾਬ ਨੂੰ ਇਨਸਾਫ ਮਿਲ ਜਾਵੇਗਾ। ਅਰਸ਼ਦੀਪ ਕਲੀਅਰ, ਪੰਜਾਬ ਨੂੰ ਇਨਸਾਫ ਚਾਹੀਦਾ, ਇਹ ਸਭ ਕੁਝ ਜੋ ਹੋ ਰਿਹਾ ਅਕਾਲੀ ਦਲ ਇਸ ਨੂੰ ਡਰਾਮਾ ਕਹਿ ਸਕਦਾ ਜਾਂ ਨਹੀਂ ਕਹਿ ਸਕਦਾ? ਕੇਪੀ ਜੀ, ਇਹ ਜੋ ਕੁਝ ਹੋ ਰਿਹਾ ਬਹੁਤ ਸੀਰੀਅਸ ਹੈ। ਅਸੀਂ ਡਿਮਾਂਡ ਕਰਦੇ ਹਾਂ ਕਿ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਇਆ ਜਾਵੇ, ਕਿਉਂਕਿ ਅੱਜ ਦੇ ਹਾਲਾਤਾਂ ਦੇ ਵਿੱਚ ਇਹ ਲੱਗ ਰਿਹਾ ਕਿ ਪਹਿਲਾਂ ਤਾਂ ਕਾਂਗਰਸ ਦੇ ਮੁੱਖ ਮੰਤਰੀ ਨੇ ਜਾਂ ਅਫਸਰਾਂ ਨੇ ਆਪਣੇ ਵਿਧਾਇਕਾਂ ਨੂੰ ਪੈਟਰਨੇਜ ਦਿੱਤੀ, ਉਹਨਾਂ ਨੂੰ ਕਰਪਟ ਪ੍ਰੈਕਟਿਸਸ ਕਰਨ ਲਈ ਕਿਹਾ, ਔਰ ਅੱਜ ਉਹਨਾਂ ਨੂੰ ਨਹੀਂ, ਇੱਕ ਮਿੰਟ ਕਲੀਅਰ ਸਰ, ਥੋੜਾ ਜਿਹਾ ਕਲੀਅਰ ਕਰ ਦਿਓ ਸਰ, ਕਲੀਅਰ ਕਰ ਦਿਓ ਥੋੜਾ ਜਿਹਾ, ਆਉਣਾ ਚਾਹੀਦਾ ਹੈ, ਬਹੁਤ ਸੀਰੀਅਸ ਹੈ, ਥੋੜਾ ਜਿਹਾ ਕਲੀਅਰ ਕਰ ਦਿਓ ਕਲੀਅਰ ਸਰ, ਕਲੀਅਰ ਸਰ, ਥੋੜਾ ਜਿਹਾ ਕਲੀਅਰ ਕਰ ਦਿਓ, ਇਹ ਜਿਹੜਾ ਵਿਧਾਨ ਸਭਾ ਸੈਸ਼ਨ ਸੱਦਿਆ ਜਾਣਾ ਚਾਹੀਦਾ, ਉਹ ਕਿਸ ਮੁੱਦੇ ਤੇ ਸੱਦਿਆ ਜਾਣਾ ਚਾਹੀਦਾ? ਵਿਧਾਨ ਸਭਾ ਸੈਸ਼ਨ ਜੋ ਅੱਜ ਪੰਜਾਬ ਦੇ ਹਾਲਾਤ ਨੇ, ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਐਮਐਲਏਆਂ ਦੇ ਰੋਲ ਪੰਜਾਬ ਸਰਕਾਰ ਆਪ ਨੰਗੇ ਕਰ ਰਹੀ ਹੈ ਸਰ, ਆਪਾਂ ਜਨਰਲਾਈਜ਼ ਨਾ ਕਰੀਏ, ਆਪਾਂ ਇਸ਼ੂ ਨੂੰ ਜਨਰਲਾਈਜ਼ ਨਾ ਕਰੀਏ ਸਰ, ਇਹੀ ਤਾਂ ਦਿੱਕਤ ਹੈ ਸਰ ਸਾਡੇ 'ਚ। ਕਲੀਅਰ ਸਾਹਿਬ, ਮੈਂ ਤਾਂ ਕਹਿ ਰਿਹਾ ਸਰ, ਤੁਸੀਂ ਬੇਅਦਬੀ ਦੇ ਮੁੱਦੇ ਤੇ ਸੈਸ਼ਨ ਸੱਦਣ ਦੀ ਮੰਗ ਕਰ ਰਹੇ ਹੋ ਕਿ ਪੰਜਾਬ ਨੂੰ ਇਨਸਾਫ ਨਹੀਂ ਮਿਲਿਆ, ਅਕਾਲੀ ਦਲ ਡਿਮਾਂਡ ਕਰਦਾ ਵਿਧਾਨ ਸਭਾ ਸੈਸ਼ਨ ਸੱਦਿਆ ਜਾਵੇ? ਕੇਪੀ ਜੀ, ਵਿਧਾਨ ਸਭਾ ਸੈਸ਼ਨ ਬੇਅਦਬੀ ਦੇ ਮੁੱਦੇ ਤੇ ਕਾਂਗਰਸ ਨੇ ਹਮੇਸ਼ਾ ਹੀ ਬੁਲਾਇਆ, ਅਸੀਂ ਕਹਿੰਦੇ ਕਿ ਉਹਦੇ ਤੇ ਇਨਸਾਫ ਦਿਓ ਸਰ। ਹੁਣ ਤੁਸੀਂ, ਹੁਣ ਤੁਹਾਡਾ ਬਿਆਨ ਆਇਆ, ਇੱਕ ਮਿੰਟ ਕਲੀਅਰ ਸਾਹਿਬ, ਕਲੀਅਰ ਸਾਹਿਬ ਤੁਹਾਡਾ, ਕਲੀਅਰ ਸਾਹਿਬ ਤੁਹਾਡਾ ਬਿਆਨ ਆਇਆ ਬੜੀ ਦੇਰ ਬਾਅਦ, ਕਲੀਅਰ ਸਾਹਿਬ ਤੁਹਾਡੇ ਤੁਹਾਡੇ ਪਾਰਟੀ ਪ੍ਰਧਾਨ ਦਾ ਬਹੁਤ ਦੇਰ ਬਾਅਦ ਬਿਆਨ ਆਇਆ ਇਸ ਮੁੱਦੇ ਤੇ ਕਿ ਅਸੀਂ ਸਾਥ ਦੇਵਾਂਗੇ, ਚਾਹੇ ਸਾਨੂੰ ਵਿਸ਼ਵਾਸ ਨਹੀਂ ਹੈਗਾ ਕਾਂਗਰਸ ਦੀ ਐਸਆਈਟੀ ਤੇ, ਤੁਸੀਂ ਹੁਣ ਸੈਸ਼ਨ ਵੀ ਮੰਗ ਲਓ। ਕੇਪੀ ਜੀ, ਅਸੀਂ ਤਾਂ ਹਮੇਸ਼ਾ ਹੀ ਸਾਥ ਦਿੱਤਾ, ਸਾਨੂੰ ਕੁੰਵਰ ਵਿਜੇ ਪ੍ਰਤਾਪ ਤੇ ਵਿਸ਼ਵਾਸ ਨਹੀਂ ਸੀ, ਅਸੀਂ ਫਿਰ ਵੀ ਪੇਸ਼ ਹੁੰਦੇ ਰਹੇ। ਗੱਲ ਇਹ ਹੈ ਕਿ ਸਾਡੇ ਲਈ ਉਹ ਸੰਵੇਦਨਸ਼ੀਲ ਮੁੱਦਾ ਹੈ, ਪਰ ਕਾਂਗਰਸ ਨੇ ਸਿਆਸਤ ਕੀਤੀ ਹੈ, ਔਰ ਅੱਜ ਦਾ ਜਿਹੜਾ ਮੁੱਦਾ ਹੈ ਪੰਜਾਬ ਦਾ ਕਿ ਪਹਿਲਾਂ ਕਾਂਗਰਸ ਸਰਕਾਰ ਨੇ ਐਮਐਲਏਆਂ ਤੋਂ ਆਪ ਲੁੱਟ ਕਰਾਈ ਪੰਜਾਬ ਦੀ, ਹੁਣ ਆਪ ਹੀ ਬਲੈਕਮੇਲ ਕਰ ਰਹੀ ਹੈ, ਤਾਂ ਇਹਦਾ ਜਵਾਬ ਵੀ ਪੰਜਾਬ ਦੀ ਜਨਤਾ ਨੂੰ ਦੇਣਾ ਪਊ ਕਿ ਸਾਢੇ 4 ਸਾਲ ਪਹਿਲਾਂ ਗਲਤ ਕੰਮ ਕਿਉਂ ਕਰਾਏ ਜਿਨ੍ਹਾਂ ਤੇ ਅੱਜ ਬਲੈਕਮੇਲ ਕੀਤਾ ਜਾ ਰਿਹਾ ਹੈ। ਠੀਕ ਹੈ ਜਗਤਾਰ ਸਿੰਘ, ਜਿਹੜਾ ਇਹ ਬੇਅਦਬੀ ਦੇ ਮੁੱਦੇ ਕਰਕੇ ਉਸ ਦੇ ਵਿੱਚ ਇਨਸਾਫ ਮੰਗਣ ਕਰਕੇ ਸਭ ਕੁਝ ਹੋ ਰਿਹਾ ਹੈ ਜਾਂ ਕਰਪਸ਼ਨ ਦਾ ਮਾਮਲਾ ਹੈ? ਸਰ ਪਹਿਲਾਂ ਆਪਾਂ ਇੱਕ ਲਾਈਨ ਡਰਾਅ ਕਰ ਲਈਏ ਵੀ ਆਪਾਂ ਡਿਬੇਟ ਕਾਹਤੇ ਕਰਨੀ ਹੈ ਸੰਗੜਾ ਸਾਹਿਬ। ਇਹ ਮੈਨੂੰ 2 ਮਿੰਟ ਦੇ ਦਿਓ ਬੋਲਣ ਲਈ, ਕਾਫੀ ਦੇਰ ਬਾਅਦ ਤੁਸੀਂ ਬੁਲਾਰੇ ਦੋ ਵਾਰੀ ਬੋਲ ਗਏ। ਬਾਕੀ ਪਹਿਲੀ ਗੱਲ ਤਾਂ ਮੈਂ ਛਿੱਬੜ ਸਾਹਿਬ ਦੀਆਂ ਗੱਲਾਂ ਰਿਪੀਟ ਨਹੀਂ ਕਰਨਾ ਚਾਹੁੰਦਾ, ਜਿਹੜੇ ਜਿਹੜੇ ਇਹਨਾਂ ਨੇ ਦੱਸੇ ਆ ਉਹ ਸਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਫੇਰ ਹੋਈ ਆ ਬੁਰੀ ਤਰ੍ਹਾਂ, ਆਪਣੇ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਨੂੰ ਪੂਰੇ ਕਰਨ ਦੇ ਵਿੱਚ, ਤੇ ਇਹਨਾਂ ਦੀ ਪਾਰਟੀ ਦੇ ਵਿੱਚੋਂ ਹੀ ਸਿੱਧੂ ਸਾਹਿਬ ਜਾਂ ਪ੍ਰਗਟ ਸਿੰਘ ਜਾਂ ਹੋਰ ਮੰਤਰੀ ਜਿਹੜੇ ਸਾਫ ਛਵੀ ਵਾਲੇ ਆ, ਉਹ ਬੇਅਦਬੀ ਵਾਲਾ ਮੁੱਦਾ ਚੱਕ ਰਹੇ ਆ ਕਿ ਕਿਉਂ ਨੀ ਸਜ਼ਾ ਦਿੱਤੀ ਤੁਸੀਂ ਜਾਂ ਕਿਉਂ ਨੀ ਕਨਕਲੂਸਿਵ ਐਕਸ਼ਨ ਲੈ ਸਕੇ, ਕਿਉਂਕਿ ਇਹ ਬਹੁਤ ਵੱਡਾ ਮੁੱਦਾ ਸੀ ਔਰ ਵਾਅਦਾ ਕੀਤਾ ਗਿਆ ਸੀ, ਤੇ ਇਹਦੇ ਤੇ ਕੈਪਟਨ ਅਮਰਿੰਦਰ ਸਿੰਘ ਹੁਣੀ ਜਿਹੜੇ ਆ ਉਹ ਕਿਉਂਕਿ ਰਲ ਕੇ ਚੱਲ ਰਹੇ ਆ ਸ਼੍ਰੋਮਣੀ ਅਕਾਲੀ ਦਲ ਨਾਲ, ਈਵਨ ਮਾਫੀਆ ਦੇ ਵਿੱਚ ਵੀ 75-25 ਚੱਲ ਰਿਹਾ, ਤੇ ਉਹ ਇਸ ਗੱਲ ਤੇ ਡਿਫੈਂਸ ਵਿੱਚ ਪਏ ਹੋਏ ਆ। ਉਹਨਾਂ ਨੂੰ ਇਹ ਡਰ ਹੈ ਕਿ ਪਾਰਟੀ ਜਿਹੜੀ ਆ ਕੇਂਦਰ ਤੋਂ ਉਹਨਾਂ ਦੀ ਇਹ ਅਗਲੀ ਚੋਣ ਚ ਇਹਨਾਂ ਨੂੰ ਨਾ ਮੋਹਰੇ ਲਾ ਲੈਣ,
ਸੋ ਇਹਨਾਂ ਦੀ ਅੰਦਰੂਨੀ ਡਰਾਮਾ ਹੈਗਾ ਸਿਆਸੀ ਪਾਵਰ ਦਾ, ਪਰ ਜਿਹੜੀਆਂ ਮੰਗਾਂ ਇਹ ਕਰ ਰਹੇ ਨੇ ਚਾਹੇ ਪ੍ਰਗਟ ਸਿੰਘ ਹੋਣੀ ਹੈ ਚਾਹੇ ਸਿੱਧੂ ਸਾਹਿਬ ਨੇ, ਉਹ ਗੱਲਾਂ ਸਹੀ ਆ, ਬੇਅਦਬੀ ਨੇ ਦੋਸ਼ੀ ਆ, ਇਹ ਜਿਹੜੇ ਆਪਣਾ ਸ਼੍ਰੋਮਣੀ ਅਕਾਲੀ ਦਲ ਨੇ ਕਰਵਾਈਆਂ ਆ ਔਰ ਉਹਦੇ ਵਿੱਚ ਉਹਨਾਂ ਨੇ ਮੁੰਡੇ ਕਤਲ ਹੋਏ ਆ, ਉਹਨਾਂ ਦੇ ਮਾਮਲੇ 'ਚ ਵੀ ਐਕਸ਼ਨ ਨਹੀਂ ਲਿਆਗਾ। ਸੋ ਅੰਦਰੂਨੀ ਪਾਵਰ ਸਟਰਗਲ ਆ ਇਹ ਪੰਜਾਬ ਦਾ ਨੁਕਸਾਨ ਕਰ ਰਹੇ ਆ, ਜਿਹੜੇ ਪੰਜਾਬ ਦੇ ਮੁੱਦੇ ਆ ਉਹ ਸਾਈਡ ਤੇ ਕੀਤੇ ਹੋਏ ਆ। ਸੋ ਇਹ ਸਾਰਾ ਕੁਝ ਚੱਲ ਰਿਹਾ ਤੇ ਕੈਪਟਨ ਅਮਰਿੰਦਰ ਸਿੰਘ ਡਰਾ ਰਹੇ ਆ ਬਾਕੀਆਂ ਨੂੰ ਆਪਣੀ ਵਿਰੋਧ ਨੂੰ ਖਤਮ ਕਰ ਲਈ। ਮੈਂ ਇੱਕ ਉਦਾਹਰਣ ਹੋਰ ਜਿਹੜੀ ਚਾਹੁੰਦਾ, ਜਿਹੜੀ ਇਹਨਾਂ ਨੇ ਕਿਹਾ ਨਾ ਕਿ ਇਹ ਜਿਹੜੇ ਆ ਮਤਲਬ ਸਹੀ ਹੋਊਗਾ ਤਾਂ ਹੀ ਕਰ ਰਹੇ ਆ, ਜੇ ਸਹੀ ਸੀਗਾ ਤਾਂ ਬੀਬੀ ਰਜਿੰਦਰ ਕੌਰ ਭੱਠਲ ਦੇ ਵਾਪਸ ਕਿਉਂ ਲੈ ਲਿਆ ਜਿਹੜਾ ਕਾਂਗਰਸ ਦੇ ਨੁਮਾਇੰਦਿਆਂ ਨੇ ਗੱਲ ਕਹੀ ਆ, ਔਰ ਕਾਂਗਰਸ ਦੇ ਨੁਮਾਇੰਦੇ ਬੇਅਦਬੀ ਤੇ ਕਾਰਵਾਈ ਕਰਨ ਦੀ ਜਿਹੜੀ ਆ ਉਹ ਦੱਸਣ ਲੱਗ ਜਾਂਦੇ ਵੀ ਅਸੀਂ ਕਰ ਰਹੇ ਹਾਂ। ਇਹਦਾ ਮਤਲਬ ਜਿਹੜੇ ਬੰਦੇ ਕਹਿ ਰਹੇ ਬੇਅਦਬੀ ਦੀ ਕਾਰਵਾਈ ਨਹੀਂ ਕਰਨੀ, ਉਹਨਾਂ ਵਿਰੁੱਧ ਵਿਜੀਲੈਂਸ ਇਨਕੁਆਰੀਆਂ ਸ਼ੁਰੂ ਕਰ ਲਓ। ਜਿਹੜੇ ਕਾਂਗਰਸ ਦੇ ਵਿੱਚ ਇਨਡਿਸਿਪਲਿਨ ਕਰਦੇ ਆ ਤੁਸੀਂ ਇਹਨਾਂ ਨੂੰ ਕੱਢ ਦਿਓ ਬਾਹਰ, ਤੁਸੀਂ ਜੇ ਵਿਜੀਲੈਂਸ ਕਾਰਵਾਈ ਕਰਨੀ ਤਾਂ ਉਹ ਮੈਰਿਟ ਤੇ ਕਰੋ, ਨਾਲੇ ਮੈਂ ਜਿਹੜਾ ਤੁਸੀਂ ਕਲੇਰ ਸਾਹਿਬ ਨੂੰ ਪੁੱਛ ਰਹੇ ਸੀ ਉਹ ਨਹੀਂ ਦੱਸ ਸਕਦੇ, ਮੈਂ ਦੱਸਦਾ ਆ। ਪ੍ਰਕਾਸ਼ ਸਿੰਘ ਬਾਦਲ ਹੋਣਾ ਵਿਰੁੱਧ ਸਹੀ ਕੇਸ ਸੀਗਾ ਡਿਸਪ੍ਰਪੋਰਸ਼ਨੇਟ ਐਸਟ ਕੇਸ, ਜਿਹੜਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਬਣਾਇਆ ਸੀ, ਉਹ ਮੈਰਿਟ ਤੇ ਮੁਕੱਦਮਾ ਚੱਲਣ ਹੀ ਨਹੀਂ ਦਿੱਤਾ ਉਹਨਾਂ ਨੇ, ਬਾਅਦ ਗਵਾਹ ਮੁਕਰਾ ਲਿਆ ਪਾਵਰ ਚਾ ਕੇ, ਉਹ ਜਸਟਿਸ ਨਹੀਂ ਹੋਇਆ, ਉਹ ਟੈਕਨੀਕਲੀ ਮੁਕੱਦਮਾ ਖਤਮ ਹੋ ਗਿਆ। ਕੈਪਟਨ ਅਮਰਿੰਦਰ ਸਿੰਘ ਵਿਰੁੱਧ ਦੋ ਕਰਪਸ਼ਨ ਦੇ ਕੇਸ ਸਹੀ ਸੀ ਜਿਹੜੇ ਵਿਜੀਲੈਂਸ ਨੇ ਬਣਾਏ, ਪਰ ਬਾਦਲ ਸਾਹਿਬ ਨੇ ਜਾਣ ਲੱਗਿਆ ਵਾਪਸ ਲੈ ਲਿਆ। ਸੋ ਏਦਾਂ ਇਹ ਦੋਵੇਂ ਵੱਡੀਆਂ ਪਾਰਟੀਆਂ ਵਿਜੀਲੈਂਸ ਨੂੰ ਮਿਸਯੂਜ ਕਰ ਰਹੀਆਂ ਆਪਣੀ ਸਿਆਸੀ ਹਾਊਸ ਪੂਰੀ ਕਰਨ ਲਈ। ਠੀਕ, ਕਲੇਅਰ ਸਾਹਿਬ, ਤੁਸੀਂ ਵਿਜੀਲੈਂਸ ਨੂੰ ਮਿਸਯੂਜ ਕੀਤਾ, ਤੁਸੀਂ ਆਪਦੀ ਗੱਲ ਤਾਂ ਕਹੋਗੇ ਨਹੀਂ, ਕਾਂਗਰਸ ਮਿਸਯੂਜ ਕਰ ਰਹੀ ਹੈ। ਕਲੇਅਰ ਸਾਹਿਬ, ਮੈਂ ਕੇਪੀ ਜੀ ਗੱਲ ਕਹੂੰਗਾ ਕਿ ਜਿਹੜੀ ਜਾਂਚ ਏਜੰਸੀ ਆ ਉਹਨੇ ਜਾਂਚ ਕਰਨੀ ਹੈ ਤੇ ਚਲਾਨ ਕੋਰਟ ਨੂੰ ਦੇ ਦੇਣਾ ਹੈ, ਹੋਰ ਅਦਾਲਤਾਂ ਕਿਸ ਕੰਮ ਲਈ ਨੇ? ਨਹੀਂ, ਤੁਸੀਂ ਵਿਜੀਲੈਂਸ ਤੇ ਟਿੱਪਣੀ ਕਿਉਂ ਨਹੀਂ ਕਰਦੇ ਪਏ ਕਲੇਅਰ ਸਾਹਿਬ? ਵਿਜੀਲੈਂਸ ਠੀਕ ਲੱਗਦੀ ਤੁਹਾਨੂੰ? ਕਲੇਅਰ ਸਾਹਿਬ, ਵਿਜੀਲੈਂਸ ਤੇ ਟਿੱਪਣੀ ਕਰਨ ਤੋਂ ਘਬਰਾ ਕਿਉਂ ਰਹੇ ਹੋ ਤੁਸੀਂ? ਪਹਿਲਾਂ ਤੁਸੀਂ ਬਹੁਤ ਬੋਲਦੇ ਵਿਜੀਲੈਂਸ ਤੇ, ਅੱਜ ਵਿਜੀਲੈਂਸ ਤੁਹਾਨੂੰ ਚੰਗੀ ਲੱਗਣ ਲੱਗ ਪਈ। ਜਵਾਬ ਵੀ ਤਾਂ ਲਿਆ ਕਰੋ ਨਾ ਜੀ, ਜਵਾਬ ਦੇ ਵਿੱਚ ਹੀ ਤੁਸੀਂ ਸ਼ੁਰੂ ਹੋ ਜਾਓ। ਬੋਲੋ ਬੋਲੋ ਕਲੇਅਰ ਸਾਹਿਬ, ਬੋਲੋ, ਤੁਸੀਂ ਕਿਹੜਾ ਜਵਾਬ ਦੇ ਰਹੇ ਹੋ? ਬੋਲੋ, ਜਾਂਚ ਕਰਕੇ ਜਾਂਚ ਏਜੰਸੀ ਦਾ ਕੰਮ ਹੈ ਅਦਾਲਤ ਦੇ ਵਿੱਚ ਟੂ ਕੋਰਟ ਕਰਨਾ, ਇਹ ਕੋਰਟ ਨੇ ਦੇਖਣਾ ਕਿ ਜਾਂਚ ਸਹੀ ਹੈ ਜਾਂ ਗਲਤ ਹੈ, ਮੈਂ ਜਾਂਚ ਤੇ ਅੱਜ ਕਮੈਂਟ ਨਹੀਂ ਕਰੂੰਗਾ। ਔਰ ਅੱਜ ਕਿਉਂ ਨਹੀਂ ਕਰੋਗੇ? ਇਸ ਤੋਂ ਪਹਿਲਾਂ ਕਿਉਂ ਬੋਲਦੇ ਰਹੋ ਤੁਸੀਂ ਵਿਜੀਲੈਂਸ ਦੇ ਖਿਲਾਫ? ਸੰਘੇੜਾ ਸਾਹਿਬ ਨੇ ਅੱਜ ਕੋਰਟ ਦੀ ਜੱਜਮੈਂਟ ਤੇ ਤਾਂ ਕਮੈਂਟ ਕਰਦੇ ਨੇ, ਮੈਂ ਪੁੱਛਦਾ ਕਿਹੜਾ ਨਰੇਲਾ ਵਾਲਾ ਵਿਧਾਇਕ ਪੰਜਾਬ ਚੋਂ ਬਰੀ ਹੋ ਕੇ ਗਿਆ? ਉਹ ਕੋਰਟ ਦੀ ਜੱਜਮੈਂਟ ਗਲਤ ਹੈ ਫਿਰ? ਉਹ ਜਾਂਚ, ਉਹ ਜਾਂਚ ਬਾਰੇ ਕੀ ਕਹਿਣਾ ਜਾਂ ਉਹ ਜੱਜਮੈਂਟ ਬਾਰੇ ਕੀ ਕਹਿਣਾ? ਚਲੋ ਠੀਕ ਹੈ ਕਲੀਅਰ ਸਾਹਿਬ, ਆਪਾਂ ਡਿਬੇਟ ਤੋਂ ਪਟਕ ਜਾਵਾਂਗੇ, ਡਿਬੇਟ ਤੋਂ ਪਟਕ। ਨਹੀਂ ਨਹੀਂ ਪਲੀਜ਼, ਨਾ ਨਾ, ਇਦਾਂ ਨਹੀਂ ਚੱਲੂਗਾ। ਇੱਕ ਮਿੰਟ ਸੰਘੇੜਾ ਸਾਹਿਬ, ਨਹੀਂ ਨਹੀਂ ਸੰਘੇੜਾ ਸਾਹਿਬ, ਨਹੀਂ ਸੰਘੇੜਾ ਸਾਹਿਬ, ਨਹੀਂ ਜਵਾਬ ਚਾਹੀਦਾ। ਕਲੀਅਰ ਸਾਹਿਬ ਪਲੀਜ਼, ਕਲੀਅਰ ਸਾਹਿਬ ਪਲੀਜ਼, ਕਲੀਅਰ ਸਾਹਿਬ ਪਲੀਜ਼। ਔਰ ਮੈਂ ਚੈਲੰਜ ਕਰਦਾ, ਪਹਿਲਾਂ ਦੋ ਬੰਦਿਆਂ ਨੇ ਤਾਂ ਚੈਲੰਜ ਕਬੂਲਿਆ ਤੇ ਵਿਕਟਾਂ ਡਿੱਗੀਆਂ, ਨਵਜੋਤ ਸਿੱਧੂ ਨੇ, ਸੁਖਪਾਲ ਖਹਿਰੇ ਨੇ। ਅੱਜ ਮੈਂ ਚੈਲੰਜ ਕਰਦਾ ਸੰਘੇੜਾ ਸਾਹਿਬ ਨੂੰ ਕਿ ਜੇ ਕੋਈ ਸਬੂਤ ਹੈ ਤਾਂ ਸਿੱਟ ਦੇ ਸਾਹਮਣੇ ਪੇਸ਼ ਹੋ ਜਾਓ, ਜਾਂ ਚੈਨਲ ਤੇ ਦੇ ਦਿਓ, ਜਾਂ ਖਾਲਸੇ ਦੀ ਕਚਹਿਰੀ ਚ ਦੇ ਦਿਓ, ਇਹ ਝੂਠੇ ਇਲਜ਼ਾਮ ਲਾ ਕੇ। ਠੀਕ ਹੈ ਕਲੀਅਰ ਸਾਹਿਬ, ਕਲੀਅਰ ਸਾਹਿਬ, ਕਲੀਅਰ ਸਾਹਿਬ, ਠੀਕ, ਕਲੀਅਰ ਸਾਹਿਬ, ਠੀਕ ਹੈ, ਕਲੀਅਰ ਸਾਹਿਬ, ਠੀਕ ਹੈ। ਜੈਸਨ ਛਿੱਬੜ, ਛਿੱਬੜ ਸਾਹਿਬ, ਵਿਜੀਲੈਂਸ ਦੀ ਜਾਂਚ ਤੇ ਹਮੇਸ਼ਾ ਜਿਹੜੀ ਸਿਆਸਤ ਹੈ ਉਹ ਸੱਤਾ ਵਿੱਚ ਹੁੰਦੀ ਹੈ ਉਦੋਂ ਕਹਿੰਦੀ ਹੈ ਬਹੁਤ ਵਧੀਆ ਵਿਜੀਲੈਂਸ ਦੀ ਜਾਂਚ ਹੋਣੀ ਚਾਹੀਦੀ ਹੈ, ਉਹ ਸੱਤਾ ਤੋਂ ਬਾਹਰ ਹੁੰਦੀ ਹੈ ਕਹਿੰਦੇ ਵਿਜੀਲੈਂਸ ਦੀ ਜਾਂਚ ਹੈ ਜਿਹੜੀ ਬਦਲਾਖੋਰੀ ਆ ਜਾਂ ਵਿਜੀਲੈਂਸ ਦੀ ਜਾਂਚ ਹੈ ਜਿਹੜੀ ਸਾਡੇ ਵਿਰੁੱਧ ਜਾਣਬੁੱਝ ਕੇ ਪਾਈ ਗਈ ਆ। ਅੱਜ ਵਿਜੀਲੈਂਸ ਦੀ ਜਾਂਚ ਤੇ ਸਰ ਵਿਰੋਧੀ ਪਾਰਟੀਆਂ ਜਵਾਬ ਨਹੀਂ ਦੇ ਰਹੀਆਂ, ਛਿੱਬੜ ਸਾਹਿਬ, ਕਿ ਮੈਂ ਸਵਾਲ ਹੀ ਗਲਤ ਕਰਦਾ ਪਿਆ? ਕੇ ਪੀ ਜੀ ਦੇਖੋ, ਜਦੋਂ ਤੁਸੀਂ ਓਪੋਜੀਸ਼ਨ 'ਚ ਹੁੰਦੇ ਆ ਉਦੋਂ ਤੁਹਾਨੂੰ ਜਿਹੜੀ CBI, ED, ਵਿਜੀਲੈਂਸ, ਜਿਹੜੀਆਂ ਹੋਰ ਜਿੰਨੀਆਂ ਵੀ ਏਜੰਸੀਆਂ ਹੈ, ਸਾਰੀਆਂ ਪਿੰਜਰੇ ਦੀਆਂ ਤੋਤਾਂ ਨਜ਼ਰ ਆਉਂਦੀਆਂ। ਸਾਰੇ ਜਣੇ ਕਹਿੰਦੇ ਨੇ, ਕੋਈ ਇੱਕ ਪਾਰਟੀ ਨਹੀਂ, ਜਿੰਨੇ ਵੀ ਓਪੋਜੀਸ਼ਨ 'ਚ ਹੁੰਦੇ ਨੇ, ਜਦੋਂ ਤੁਸੀਂ ਸੱਤਾ 'ਚ ਹੁੰਦੇ ਨੇ ਤਾਂ ਉਸੇ ਸਮੇਂ ਤੁਸੀਂ ਇਹਨਾਂ ਸਾਰੀਆਂ ਏਜੰਸੀਆਂ ਨੂੰ ਆਪਣੇ ਵਿਰੋਧੀਆਂ ਨੂੰ ਟੰਗਣ ਵਾਸਤੇ ਵਰਤਦੇ ਨੇ। ਹੁਣ ਜਿਹੜੀ ਗੱਲ ਇਹਨਾਂ ਨੇ ਸੰਘੇੜਾ ਸਾਹਿਬ ਨੇ ਕੀਤੀ ਸੀਗੀ, ਬਾਦਲ ਪਰਿਵਾਰ ਦੀ ਗੱਲ ਕੀਤੀ ਸੀਗੀ ਵੀ ਰੋਪੜ ਦੀ ਅਦਾਲਤ ਵਿੱਚ ਕੇਸ ਚੱਲਦਾ ਰਿਹਾ ਸੀਗਾ, ਉਹਨਾਂ ਦਿਨਾਂ ਦੇ ਵਿੱਚ ਮੈਂ ਰੋਪੜ ਦੇ ਵਿੱਚ ਬਿਊਰੋ ਚੀਫ ਸੀਗਾ ਇੱਕ ਅਖਬਾਰ ਦਾ ਜੀ। ਇੰਨੀਆਂ ਤਰੀਕਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਨਹੀਂ ਉੱਥੇ ਪੇਸ਼ ਹੋਏ ਅਦਾਲਤ ਵਿੱਚ ਜਿੰਨਾ ਅਸੀਂ ਪੇਸ਼ ਹੁੰਦੇ ਰਹੇ, ਕਿਉਂਕਿ ਅਸੀਂ ਉੱਥੇ ਰਿਪੋਰਟਰ ਸੀਗੇ, ਤੇ ਕਲੇਅਰ ਸਾਹਿਬ ਦੇ ਫਾਦਰ ਵੱਡੇ ਇਹਨਾਂ ਦੇ ਪਿਤਾ ਜੀ ਉਹ ਵੀ ਉੱਥੇ ਪੇਸ਼ ਹੁੰਦੇ ਰਹੇ, ਹਰੇਕ ਤਰੀਕ ਪਰ ਉੱਥੇ ਆਉਂਦੇ ਰਹੇ, ਮੱਤੇਆਲ ਸਾਹਿਬ ਆਉਂਦੇ ਰਹੇ, ਉਹਨਾਂ ਦੀ ਪੂਰੀ ਟੀਮ ਆਉਂਦੀ ਰਹੀ, ਇਹਨਾਂ ਦੇ ਫਾਦਰ ਸਾਹਿਬ ਸਾਨੂੰ ਜਾਣਦੇ ਨੇ, ਉਹ ਸਾਨੂੰ ਸਾਰਾ ਕੁਝ ਦੱਸਦੇ ਰਹੇ। ਮੈਂ ਇਸ ਪਾਸੇ ਨਾ ਜਾਵਾਂ ਵੀ ਉਹ ਕੇਸ ਕਿਵੇਂ ਚੱਲਿਆ ਕਿਆ ਨਹੀਂ ਚੱਲਿਆ, ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੇ ਉੱਥੇ ਅਧਿਕਾਰੀ ਹੋਸਟਾਈਲ ਹੋਏ, ਮੈਂ ਬਾਦਲ ਪਰਿਵਾਰ ਬਰੀ ਹੋ ਗਿਆ ਉਹਦੇ ਪਰ ਕੋਈ ਟਿੱਪਣੀ ਨਹੀਂ ਕਰਦਾ, ਮੈਂ ਇਹ ਗੱਲ ਕਹਿੰਦਾ ਕਿ ਜਿਹੜੇ ਅਧਿਕਾਰੀ ਸ਼ਰੇਆਮ ਉੱਥੇ ਹੋਸਟਾਈਲ ਹੋਏ, ਮੁੱਕਰੇ, ਬਾਰ ਬਾਰ ਇੱਕ ਐਡਵਾਈਜ਼ਰ ਦਾ ਨਾਂ ਲਿੱਤਾ ਵੀ ਇਹਦੇ ਕਹਿਣ ਪਰ ਅਸੀਂ ਕੇਸ ਦਰਜ ਕੀਤੇ ਆ, ਇਹਦੇ ਕਹਿਣ ਪਰ ਅਸੀਂ ਬਾਦਲ ਪਰਿਵਾਰ ਦੀ ਇਨਕੁਆਇਰੀ ਕੀਤੀ ਆ, ਉਹੀ ਅਧਿਕਾਰੀ ਅੱਜ ਵਿਜੀਲੈਂਸ ਦਾ ਚੀਫ ਬਣੇ
ਜਿਹੜੇ ਅਧਿਕਾਰੀਆਂ ਨੇ ਸਰਕਾਰ ਦੀ ਪ੍ਰੋਪਰਟੀ ਦਾ ਮਿਸਯੂਜ ਕੀਤਾ, ਸਰਕਾਰੀ ਫੈਸਲੇ ਦਾ ਮਿਸਯੂਜ ਕੀਤਾ, ਵਿਦੇਸ਼ਾਂ 'ਚ ਘੁੰਮ ਕੇ, ਉਹਦੇ ਖਿਲਾਫ਼ ਕੈਪਟਨ ਸਰਕਾਰ ਨੇ ਕੀ ਫੈਸਲਾ ਕੀਤਾ? ਉਹਨਾਂ ਦੇ ਖਿਲਾਫ਼ ਅਧਿਕਾਰੀ ਕਾਰਵਾਈ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ? ਸਿਆਸੀ ਬਦਲਾ ਖੋੜੀ ਤੁਸੀਂ ਛੱਡੋ, ਇਹ ਛੱਡੋ ਵੀ ਚਲੋ ਇਹਨਾਂ ਨੇ ਵੋਟਾਂ ਬਟੋਰਨ ਵਾਸਤੇ ਆਪਣੀ ਸਰਕਾਰ ਬਣਾਉਣ ਵਾਸਤੇ ਅਕਾਲੀ ਦਲ ਦੇ ਵੱਡੇ ਆਗੂਆਂ ਨੂੰ ਜਾਂ ਬਾਦਲ ਪਰਿਵਾਰ ਨੂੰ ਫਸਾਤਾ, ਉਹਨਾਂ ਨੂੰ ਬਦਨਾਮ ਕਰਤਾ, ਇਹ ਗੱਲ ਛੱਡ ਦਿਓ। ਪਰ ਜਿਹੜੇ ਅਧਿਕਾਰੀਆਂ ਨੇ ਕਹਿਣ ਤੇ ਕਾਰਵਾਈ ਕੀਤੀ, ਉਹਨਾਂ ਪਰ ਕਾਰਵਾਈ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ? ਇਹਦਾ ਮਤਲਬ ਜਦੋਂ ਕੈਪਟਨ ਅਮਰਿੰਦਰ ਸਿੰਘ ਤੇ ਉਹ ਵਿਜੀਲੈਂਸ ਅਧਿਕਾਰੀਆਂ ਨੂੰ ਵਰਤਦੇ ਰਹੇ, ਜਦੋਂ ਬਾਦਲ ਸਰਕਾਰ ਆ ਗਈ ਕੈਪਟਨ ਉਹਨਾਂ ਦੀ, ਸੁਖਬੀਰ ਸਿੰਘ ਬਾਦਲ ਦੀ, ਉਹ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਖਿਲਾਫ਼ ਹੋ ਗਏ, ਇਹ ਕਿੰਨੀ ਕੁ ਦੇਰ ਤੱਕ ਚੱਲਦਾ ਰਹੂੰਗਾ? ਇਹ ਬਿਲਕੁਲ ਗਲਤ ਗੱਲ ਹੈ। ਅੱਜ ਉਹ ਵੀ ਵਿਜੀਲੈਂਸ ਅਧਿਕਾਰੀ ਪ੍ਰਗਟ ਸਿੰਘ ਤੇ ਨਵਜੋਤ ਸਿੱਧੂ ਉਹਨਾਂ ਦੇ ਮਗਰ ਪੈ ਗਏ। ਜੇ ਨਵਜੋਤ ਸਿੱਧੂ ਦੇ ਖਿਲਾਫ਼ 2019 ਦੇ ਵਿੱਚ ਪਹਿਲਾਂ ਨਿਕਲੀਆਂ ਸੀਗੀਆਂ ਜੀਰਕਪੁਰ ਦੀਆਂ, ਡੇਰਾਬਸੀ ਦੀਆਂ ਜਾਂ ਕੋਈ ਹੋਰ ਆ, ਤਾਂ ਉਦੋਂ ਵੀ ਉਹਦੇ ਖਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ, ਤਾਂ ਕਿ ਕੈਪਟਨ ਅਮਰਿੰਦਰ ਸਿੰਘ ਦਾ ਲੋਕਾਂ ਦੇ ਵਿੱਚ ਇਹ ਮੈਸੇਜ ਜਾਂਦਾ ਕਿ ਕੈਪਟਨ ਅਮਰਿੰਦਰ ਸਿੰਘ ਜੋ ਕਹਿੰਦੇ ਨੇ ਉਹ ਕਰਦੇ ਨੇ, ਆਪਣੇ ਜਿਹੜੇ ਕਲੀਗ ਨੇ ਉਹਨਾਂ ਨੂੰ ਵੀ ਫਾਇਰ ਟੰਗਦੇ ਨੇ। ਪਰ ਉਦੋਂ ਤਾਂ ਉਹਨਾਂ ਨੂੰ ਛੱਡ ਦਿੱਤਾ ਗਿਆ ਤੇ ਨਾਲ ਦੀ ਨਾਲ ਪਤਿਆਇਆ ਗਿਆ। ਇਹ ਜਿਹੜੀ ਪ੍ਰੈਕਟਿਸ ਹੋ ਰਹੀ ਆ, ਇਹ ਬਹੁਤ ਗਲਤ ਪ੍ਰੈਕਟਿਸ ਹੋ ਰਹੀ ਆ, ਅਜਿਹੀ ਪ੍ਰੈਕਟਿਸ ਆ ਜਿਹੜੀ ਬੰਦ ਹੋਣੀ ਚਾਹੀਦੀ ਆ। ਠੀਕ 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 ਮੈਂ ਹੋਰ ਥੋੜ੍ਹਾ ਬ੍ਰੇਕ ਲਊਂਗਾ, ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆਵਾਂਗੇ ਆਖਰੀ ਹਿੱਸੇ ਵਿੱਚ ਅਸੀਂ ਹੋਵਾਂਗੇ। ਅਤੇ ਜਗਤਾਰ ਸਿੰਘ ਜਿਹੜਾ ਇਹਨਾਂ 'ਤੇ ਕੁਛ ਕਹਿਣਾ ਚਾਹ ਰਹੇ ਆ, ਜੈ ਸਿੰਘ ਛਿੱਬੜ ਜੋ ਦੱਸ ਰਹੇ ਆ। ਜੈ ਸਿੰਘ ਛਿੱਬੜ ਨੇ ਸਾਰਾ ਕੁਝ ਦੱਸਤਾ ਕਿ ਰੋਪੜ ਦੀ ਅਦਾਲਤ ਵਿੱਚ ਕੀ ਕੁਛ ਹੁੰਦਾ ਰਿਹਾ, ਕਿਉਂਕਿ ਜੈ ਸਿੰਘ ਛਿੱਬੜ ਉਸ ਹਲਕੇ ਨਾਲ, ਉਸ ਇਲਾਕੇ ਨਾਲ ਸੰਬੰਧ ਰੱਖਦੇ ਆ। ਚੰਦ ਸਿੰਘ ਚੰਨੀ ਦੇ ਕੇਸ ਬਾਰੇ ਵੀ ਇਹਨਾਂ ਨੂੰ ਬਹੁਤ ਕੁਛ ਪਤਾ ਹੈ, ਅਤੇ ਰੋਪੜ ਦੇ ਵਿੱਚ ਜਿਹੜਾ ਕੇਸ ਇਹ ਦੱਸਦੇ ਪਏ ਉਹਦੇ ਬਾਰੇ ਬਹੁਤ ਕੁਛ ਪਤਾ, ਇਸ ਕਰਕੇ ਇਹਨਾਂ ਨੂੰ ਸੱਦਿਆ ਵਾਪਸ ਆ ਰਹੇ। ਇੱਕ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਅਤੇ ਵੱਡਾ ਸਵਾਲ ਇੱਕੋ ਪੁੱਛ ਰਹੇ ਹਾਂ ਕਿ ਕੈਪਟਨ ਦੇ ਆਪਣੇ 'ਤੇ ਐਕਸ਼ਨ ਨਾਲ ਪੰਜਾਬ ਨੂੰ ਇਨਸਾਫ ਮਿਲ ਜਾਵੇਗਾ। ਹਾਂਜੀ ਸੰਗੜਾ ਸਾਹਿਬ, ਲਾਸਟ ਕਮੈਂਟ ਤੁਹਾਡਾ। ਠੀਕ ਹੈ ਜੀ, ਜਿਹੜਾ ਮੈਂ ਗੱਲ ਕਹਿਣੀ ਚਾਹੁੰਦਾ ਸੀਗਾ ਵੀ ਜਿਹੜੇ ਹੁਣ ਮੁਖੀ ਆ ਵਿਜੀਲੈਂਸ ਦੇ, ਇਹਨਾਂ ਨੂੰ ਜ਼ਿਆਦਾ ਪਤਾ ਹੋਣਾ ਛਿੱਬੜ ਸਾਹਿਬ ਨੂੰ, ਉਹ ਉਸ ਵੇਲੇ ਸੁਪਰਵਾਈਜ਼ਰੀ ਆਫਿਸਰ ਸੀਗੇ, IO ਸੁਰਿੰਦਰਪਾਲ ਸਿੰਘ ਸੀਗੇ ਜਿਹੜੇ ਰਿਟਾਇਰ ਹੋ ਗਏ ਸੀਗੇ, ਜਿਹੜੇ ਮੇਨ ਮੁੱਕਰੇ ਆ ਗਵਾਹੀ ਤੋਂ। ਬਾਕੀ ਤਾਂ ਆਫਿਸਰ ਨੂੰ ਸਗੋਂ ਸੇਕ ਲੱਗਿਆ ਜਿਹੜੇ ਉਸ ਟੀਮ ਦੇ ਵਿੱਚ ਸੀਗੇ, ਉਹ ਸਗੋਂ ਵਿਕਟਿਮ ਬਣੇ ਆ। ਮੈਂ ਇੱਕ ਹੋਰ ਸੰਖੇਪ ਚ ਉਦਾਹਰਨ ਕਿ ਮੱਲ ਸਿੰਘ ਘੁਮਾਣ ਚੇਅਰਮੈਨ ਮੰਡੀ ਬੋਰਡ ਦੇ ਖਿਲਾਫ਼ ਵੀ ਇੱਕ ਇਨਕੁਆਇਰੀ ਸ਼ੁਰੂ ਹੋਈ ਸੀ, ਉਹ 'ਚ ਜਿਹੜਾ IO ਸੀਗਾ SSP ਉਹਦੇ ਨਾਲ, ਮੰਡੀ ਬੋਰਡ 'ਚ ਮੈਂ ਸੀਨੀਅਰ ਆਫਿਸਰ ਸੀ, ਮੈਨੂੰ ਲਾਇਆ ਗਿਆ ਸੀ ਅਫੀਸ਼ੀਅਲੀ ਵਿਜੀਲੈਂਸ ਵੱਲੋਂ। ਸ਼ਾਮ ਨੂੰ ਸਾਨੂੰ ਫੋਨ ਆਇਆ ਵੀ ਅੱਜ ਇਨਕੁਆਇਰੀ ਰਿਪੋਰਟ ਤਿਆਰ ਕਰੋ, ਸਵੇਰ ਤੱਕ ਆਉਣੀ ਚਾਹੀਦੀ ਆ। ਅਸੀਂ ਇਨਕੁਆਇਰੀ ਫਿਨਿਸ਼ ਕਰ ਲਈ ਸੀ, ਲਿਖਣੀ ਬਾਕੀ ਸੀਗੀ, ਸਾਰੀ ਰਾਤ ਲਾ ਕੇ ਲਿਖੀ, ਸਵੇਰੇ ਰਿਪੋਰਟ ਪਹੁੰਚਾਈ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪੈਨੇ ਰੱਖ ਲਈ, ਮੈਂ ਉਸ ਗੱਲ ਦਾ ਵਿਰੋਧ ਕੀਤਾ, ਮੇਰੇ ਵਿਰੋਧ ਇਨਕੁਆਇਰੀ ਸ਼ੁਰੂ ਹੋ ਗਈ, ਤੇ ਮੱਲ ਸਿੰਘ ਘੁਮਾਣ ਉਹਨਾਂ ਨੂੰ ਰੱਖ ਲਿਆ SGPC ਦੇ ਮੌਕੇ ਬਾਦਲਾਂ ਦਾ ਵਿਰੋਧ ਕਰਨ ਲਈ। ਮੈਂ ਅੱਜ ਇੰਨੀ ਦੱਸੂਗਾ, ਫੇਰ ਸਹੀ ਕਿਤੇ। ਠੀਕ ਹੈ ਅਰਸ਼ਪ੍ਰੀਤ ਖੜਿਆਲ, ਸਰ ਵਿਜੀਲੈਂਸ ਦੀ ਇਨਕੁਆਇਰੀ ਹੈ ਜਿਹੜੀ, ਇਸ ਇਨਕੁਆਇਰੀ ਦੇ ਨਾਲ ਕੀ ਪੰਜਾਬ ਨੂੰ ਇਨਸਾਫ ਮਿਲ ਜੂਗਾ ਖੜਿਆਲ ਸਾਹਿਬ? ਮੈਨੂੰ KP ਸਿੰਘ ਜੋ ਲੱਗਦਾ ਉਹ ਇਹ ਹੈ ਕਿ ਵਿਜੀਲੈਂਸ ਦੀ ਇਨਕੁਆਇਰੀ ਫਸਟ ਆਫ ਆਲ ਬਹੁਤ ਹੀ ਸਬਸਟੈਂਸ਼ੀਅਲ ਹੈ, ਬਹੁਤ ਇੰਪੋਰਟੈਂਟ ਹੈ। ਉਹ ਤੋਂ ਬਾਅਦ ਜਦੋਂ ਕੋਰਟ ਦੇ ਵਿੱਚ ਜਾਊਗਾ ਵੀ, ਜਿਹੜੇ ਇੱਥੇ ਕੁਛ ਲੋਕ ਐਲੀਗੇਸ਼ਨ ਲਾ ਰਹੇ ਹੈ ਕਿ ਵਿਜੀਲੈਂਸ ਕਮਿਸ਼ਨ ਆਏ ਹੈ ਉਹ ਹੈ ਕਰਪਟ ਹੈ ਵਟੈਵਰ ਕਹਿ ਰਹੇ ਹੈ, ਜਦੋਂ ਕੋਰਟ ਦੇ ਵਿੱਚ ਮਾਮਲਾ ਚਲਾ ਜਾਂਦਾ ਹੈ, I hope and I expect ਕਿ ਜਿੰਨੇ ਲੋਕ ਇੱਥੇ ਬੈਠੇ ਕਹਿਣਗੇ ਜੁਡੀਸ਼ਰੀ ਇੰਡੀਪੈਂਡੈਂਟ ਹੈ ਐਂਡ ਇਟ ਕੈਨੋਟ ਬੀ ਇਨਫਲੂਐਂਸਡ, ਦੇਅਰਫੋਰ ਜੁਡੀਸ਼ਰੀ ਤੇ ਭਰੋਸਾ ਰੱਖੋ, ਜਿਹਨੇ ਜੋ ਗਲਤ ਕੀਤਾ ਉਹਨੂੰ ਉਹਦੀ ਸਜ਼ਾ ਮਿਲੂ। ਕਾਂਗਰਸ ਇਜ਼ ਰਾਦਰ ਓਨੈਸਟ ਕਿ ਸਾਡੇ ਆਪਦੇ MLAs ਨੂੰ ਅਸੀਂ ਸ਼ੀਲਡ ਜਾਂ ਸੇਫ ਜਾਂ ਸਿਕਿਓਰ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ, ਨਾਲੇ ਕੈਪਟਨ ਸਾਹਿਬ ਇਹ ਡਿਟਰਮਿਨਡ ਨੇ ਟੂ ਗੈਟ ਜਸਟਿਸ ਟੂ ਦ ਕਲਪ੍ਰਿਟਸ ਜਿਹੜੇ। ਠੀਕ ਹੈ ਖੜਿਆਲ ਸਾਹਿਬ, ਇੱਕ ਸਵਾਲ ਦਾ ਜਵਾਬ ਦਿਓ ਖੜਿਆਲ ਸਾਹਿਬ। ਖੜਿਆਲ ਸਾਹਿਬ ਇੱਕ ਸਵਾਲ ਦਾ ਜਵਾਬ ਦਿਓ ਖੜਿਆਲ ਸਾਹਿਬ, 2 ਸੈਕਿੰਡ। ਹਾਂਜੀ ਖੜਿਆਲ ਸਾਹਿਬ, ਅਕਾਲੀ ਦਲ ਨੇ ਜਾਂ ਅਕਾਲੀ ਦਲ BJP ਸਰਕਾਰ ਨੇ ਵਿਜੀਲੈਂਸ ਨੂੰ ਮਿਸਯੂਜ਼ ਤਾਂ ਨਹੀਂ ਕੀਤਾ? ਦੇਖੋ ਜੀ, ਮੈਂ ਸਮਝਦਾ ਕਿ ਮਾਈ ਓਪੀਨੀਅਨ ਇਜ਼ ਇਰਰੈਲੇਵੈਂਟ ਟੂ ਇਟ, ਤੇ ਉਹ ਇਟਸ ਮੈਟਰ ਆਫ ਯੂ نو ਦ ਕੋਰਟ। ਕਮਾਲ ਆ, ਜਨਾ ਕਾਂਗਰਸ ਇਸ ਤੇ ਬੋਲਦੀ ਪਈ ਆ, ਨਾ ਅਕਾਲੀ ਦਲ ਬੋਲਦਾ ਪਿਆ, ਇਸ ਤੋਂ ਪਹਿਲਾਂ ਤੁਸੀਂ ਦੋਨੋਂ ਪਾਰਟੀਆਂ ਬੋਲਦੀਆਂ ਸੀਗੀਆਂ, ਅੱਜ ਕੀ ਹੋ ਗਿਆ ਤੁਹਾਨੂੰ? ਦੋਨੋਂ ਵਕੀਲ ਹੋ ਤੁਸੀਂ, ਖੜਿਆਲ ਸਾਹਿਬ, ਕਲੀਅਰ ਸਾਹਿਬ, ਸਿੰਘ ਸਾਹਿਬ, ਇਟਸ ਅ ਮੈਟਰ ਆਫ ਪਰਸਪੈਕਟਿਵ। ਚਲੋ ਠੀਕ ਹੈ ਖੜਿਆਲ ਸਾਹਿਬ, ਖੜਿਆਲ ਸਾਹਿਬ ਠੀਕ ਹੈ, ਦਰਸ਼ਕ ਆਪੇ ਫੈਸਲਾ ਕਰਨਗੇ ਸਰ। ਮੈਂ ਜਜਮੈਂਟਲ ਨਹੀਂ ਹੁੰਦਾ ਸਰ, ਦਰਸ਼ਕ ਫੈਸਲਾ ਕਰਦੇ ਆ। ਖੜਿਆਲ ਸਾਹਿਬ
ਦਿੱਤਾ 10 ਸੈਕਿੰਡ ਲੈ ਰਿਹਾ ਮੈਂ ਇੱਕ ਚੀਜ਼ ਕਹਿਣਾ ਚਾਹਣਾ ਕਿ ਆਮ ਆਦਮੀ ਪਾਰਟੀ ਨੇ ਕੁਝ ਅਲੀਗੇਸ਼ਨਸ ਲਾਏ ਹੈ ਕਿ ਅਸੀਂ ਆਪਦੀ ਲੋਕਾਂ ਖਿਲਾਫ ਆ ਕਰਦੇ ਉਹ ਕਰਦੇ ਇਹਨਾਂ ਨੂੰ ਇਹ ਚੀਜ਼ਾਂ ਨਹੀਂ ਸ਼ੋਭਾ ਦਿੰਦੀਆਂ ਬਿਕੋਜ਼ ਯੋਗੇਂਦਰ ਯਾਦਵ ਹੋਵੇ ਪ੍ਰਸ਼ਾਂਤ ਭੂਸ਼ਣ ਹੋਵੇ ਅੰਨਾ ਹਜ਼ਾਰੇ ਹੋਵੇ ਜਾਂ ਸੁਖਪਾਲ ਖਹਿਰਾ ਹੋਵੇ ਵੀ ਆਰ ਆਲ ਵੈਲ ਅਵੇਅਰ ਕਿ ਉਹਨਾਂ ਨੇ ਉਹਨਾਂ ਦਾ ਕੀ ਕੀਤਾ ਦੂਜੀ ਗੱਲ ਅਕਾਲੀ ਦਲ ਦੀ ਆਪਾਂ ਗੱਲ ਕਰੀਏ ਬਾਦਲ ਸਾਹਿਬ ਨੂੰ ਵੀ ਆਲ ਨੋ ਕਿਹਨੇ ਜੇਲ੍ਹ ਦੇ ਵਿੱਚ ਆਪਣਾ ਰੱਖਿਆ ਸੀਗਾ ਓਨਲੀ ਸੀਐਮ ਹੈਜ਼ ਬੀਨ ਏਬਲ ਟੂ ਡੂ ਦੈਟ ਚਲੋ ਮੈਨੂੰ ਇੱਕ ਚੀਜ਼ ਦੱਸ ਦਿਓ ਖੜਿਆਲ ਸਾਹਿਬ ਇੱਕ ਚੀਜ਼ ਦੱਸ ਦਿਓ ਹੁਣ ਤੁਸੀਂ ਸਰ ਤੁਸੀਂ ਮੈਂ ਇੱਕ ਲਾਈਨ ਦਾ ਜਵਾਬ ਲੈ ਲਿਓ ਐਂਡ ਜਿਹੜੇ ਉਹਦੇ ਵਿੱਚ ਕਲਪ੍ਰਿਟਸ ਮੈਂਸ਼ਨਡ ਹੈ ਆਲ ਆਫ ਦੇਮ ਆਰ ਇਨਵੋਲਵਡ ਜਿਹੜਾ ਐਵੀਡੈਂਸ ਹੈ ਜਿਹੜੇ ਵਿਟਨੈਸਿਸ ਹੈ ਜੋ ਕੁਛ ਹੁਣ ਤੱਕ ਅੱਗੇ ਆਇਆ ਵਾਟਐਵਰ ਹੈਜ਼ ਕਮ ਟੂ ਦ ਫੋਰ ਇਟ ਪੁਆਇੰਟ ਟੁਵਰਡਸ ਦ ਗਿਲਟ ਆਫ ਮਿਸਟਰ ਬਾਦਲ ਯੈਸ ਹਾਂ ਮਿਸਟਰ ਕਲੇਰ ਲਾਸਟ ਕਮੈਂਟ ਤੁਹਾਡਾ ਤੁਹਾਡੇ ਤੇ ਸਾਰੇ ਇਲਜ਼ਾਮ ਹੈ ਤੁਹਾਡੇ ਕਰਕੇ ਕਾਂਗਰਸ ਕਲੇਸ਼ ਪੈ ਗਿਆ ਕੇਪੀ ਜੀ ਗੱਲ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਕਾਂਗਰਸ ਲਈ ਬੇਅਦਬੀ ਸਿਰਫ ਇੱਕ ਬਹਾਨਾ ਬੇਅਦਬੀ ਦਾ ਇਨਸਾਫ ਦਿਵਾਉਣ ਲਈ ਇਹ ਕਦੇ ਸੰਵੇਦਨਸ਼ੀਲ ਨਹੀਂ ਗੱਲ ਇਹ ਹੈਗੀ ਹੈ ਕਿ ਜਿਹੜੇ ਦੂਜੇ ਵਾਅਦੇ ਨੇ ਨਾ ਡਿਵੈਲਪਮੈਂਟ ਹੋਈ ਨਾ ਕਰਜ਼ਾ ਮਾਫ਼ ਹੋਇਆ ਨਾ ਨਸ਼ਾ ਮੁਕਤ ਪੰਜਾਬ ਹੋਇਆ MLA ਦਾ ਬੁਰਾ ਹਾਲ ਹੈ ਪਿੰਡਾਂ 'ਚ ਵੜਨ ਜੋਗੇ ਨਹੀਂ ਹੈਗੇ ਸੋ ਬੇਅਦਬੀ ਦੀ ਆੜ ਦੇ ਵਿੱਚ ਇਹਨਾਂ ਦੀ ਆਪਣੀ ਸਕਸੈਸ਼ਨ ਦੀ ਲੜਾਈ ਹੈ ਕਿਉਂਕਿ ਅਗਰ ਬੇਅਦਬੀ ਦੇ ਇਹਨਾਂ ਕੋਲ ਕੋਈ ਸਬੂਤ ਹੁੰਦੇ ਜਾਂ ਕਾਰਵਾਈ ਕਰਨੀ ਚਾਹੁੰਦੇ ਹੁੰਦੇ ਤਾਂ ਮੇਰਾ ਛੋਟਾ ਭਰਾ ਹੈ ਵੈਸੇ ਯੰਗ ਹੈ ਅਗਰ ਚਲਾਣ ਦੇ ਵਿੱਚ ਕੁਛ ਹੈਗਾ ਸੀ ਤਾਂ ਫੜ ਕੇ ਹਾਲੇ ਤੱਕ ਅੰਦਰ ਕਿਉਂ ਨਹੀਂ ਦਿੱਤਾ ਗੱਲ ਇਹ ਹੈਗੀ ਹੈ ਕਿ ਕੋਈ ਸਬੂਤ ਨਹੀਂ ਸਿਰਫ ਇੱਕ ਪੋਲੀਟੀਕਲ ਮੁੱਦਾ ਬਣਾਉਣ ਦੀ ਕੋਸ਼ਿਸ਼ ਰਹੀ ਹੈ ਹਮੇਸ਼ਾ ਤੋਂ ਉਹ ਬੰਬ 2022 ਲਈ ਰੱਖਿਆ ਸੀ ਇਹਨਾਂ ਦੇ ਆਪਣੇ ਘਰ ਦੇ ਵਿੱਚ ਫਟ ਗਿਆ ਹੁਣ ਸਮਝ ਨਹੀਂ ਆ ਰਹੀ ਸਾਹ ਘੁੱਟ ਰਿਹਾ ਵੀ ਕਿੱਧਰ ਨੂੰ ਭੱਜੀਏ ਕਾਂਗਰਸ ਦੀ ਬਸ ਕੁਰਸੀ ਤੱਕ ਦੀ ਲੜਾਈ ਹੈ ਬੇਅਦਬੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਇਹ ਕਦੇ ਵੀ ਸੰਵੇਦਨਸ਼ੀਲ ਨਹੀਂ ਰਹੇ ਠੀਕ ਹੈ ਛਿੱਬੜ ਸਾਹਿਬ ਸਰ ਬੇਅਦਬੀ ਦੇ ਮੁੱਦੇ ਤੇ ਇਹ ਸਾਰਾ ਕੁਝ ਖੜਾ ਹੋਇਆ ਜੋ ਇਸ ਵਕਤ ਪੋਲੀਟੀਕਲ ਐਕਸ਼ਨ ਸਾਡੇ ਸਾਹਮਣੇ ਦੇਖਦਾ ਪਿਆ ਛਿੱਬੜ ਸਾਹਿਬ ਇਹ ਬੇਅਦਬੀ ਇਹਨਾਂ ਲਈ ਮੁੱਦਾ ਹੈਗਾ ਉਹਦੇ ਵਿੱਚ ਇਨਸਾਫ ਦਿਵਾਉਣਾ ਇਹਨਾਂ ਲਈ ਮੁੱਦਾ ਹੈਗਾ ਜਾਂ ਸਿਰਫ ਕੁਰਸੀ ਦਾ ਮੁੱਦਾ ਦੇਖੋ ਕੇਪੀ ਜੀ ਦੇਖੋ ਜਿਹੜਾ ਮੁੱਦਾ ਹੈ ਉਹ ਤਾਂ ਹੈਗਾ ਹੀ ਹੈਗਾ ਪਰ ਸਵਾਲ ਪੈਦਾ ਇਹ ਹੋ ਰਿਹਾ ਕਿ ਖੰਡਿਆਲ ਸਾਹਿਬ ਕਹਿ ਰਹੇ ਨੇ ਕਿ ਉਹਨਾਂ ਦੇ ਕੋਲ ਸਬੂਤ ਆ ਬਾਦਲ ਪਰਿਵਾਰ ਦੇ ਖਿਲਾਫ ਪਰ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਕਦੇ ਵੀ ਨਹੀਂ ਕਿਹਾ ਉਹ ਤਾਂ ਕਹਿ ਰਹੇ ਸੀ ਜੇ ਸਬੂਤ ਹੋਣਗੇ ਤਾਂ ਕਾਰਵਾਈ ਕਰੂੰਗੇ ਉਹਨਾਂ ਨੇ ਕਦੇ ਬਾਦਲ ਪਰਿਵਾਰ ਦਾ ਨਾਮ ਇੱਕ ਮਿੰਟ ਖੜਿਆਲ ਸਿੰਘ ਨੇ ਕਦੇ ਵੀ ਨਹੀਂ ਲਿਆ ਨਹੀਂ ਇੱਕ ਮਿੰਟ ਛਿੱਬੜ ਸਾਹਿਬ ਮੈਂ ਤੁਹਾਨੂੰ ਛਿੱਬੜ ਸਾਹਿਬ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਸਟੇਟਮੈਂਟ ਯਾਦ ਕਰਾਉਣਾ ਚਾਹੁੰਦਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀਗਾ ਇਸ ਤੋਂ ਪਹਿਲਾਂ ਜਦੋਂ ਬਾਦਲਾਂ ਨੂੰ ਉਹਨਾਂ ਨੇ ਉਹਨਾਂ ਤੇ ਕੇਸ ਪਾਇਆ ਸੀਗਾ ਉਹ ਕਹਿੰਦੇ ਇਸ ਵਾਰੀ ਮੈਂ ਇਹੋ ਜਿਹਾ ਕੁਝ ਨਹੀਂ ਕਰਨਾ ਚਾਹੁੰਦਾ ਕਿ ਮੈਨੂੰ ਉਹ ਸਾਰਾ ਕੁਝ ਵਾਪਸ ਕਰਨਾ ਪਵੇ ਤੁਹਾਨੂੰ ਯਾਦ ਹੋਊਗੀ ਸਟੇਟਮੈਂਟ ਬਿਲਕੁਲ ਜੀ ਬਿਲਕੁਲ ਕੇਪੀ ਜੀ ਸਵਾਲ ਇਹੀ ਆ ਮਸਲਾ ਹੀ ਇਹੀ ਆ ਜਦੋਂ ਵਿਧਾਨ ਸਭਾ ਦੇ ਸੈਸ਼ਨ ਹੁੰਦੇ ਆ ਉਦੋਂ ਤੇ ਵਿਧਾਨ ਸਭਾ ਦੇ ਤੋਂ ਬਾਹਰ ਜਿੰਨੇ ਵੀ ਕਾਂਗਰਸ ਦੇ MLA ਨੇ ਚਾਹੇ ਪ੍ਰਗਟ ਸਿੰਘ ਹੋ ਗਿਆ ਚਾਹੇ ਰਾਜਾ ਬੜਿੰਗ ਹੋ ਗਿਆ ਕੁਲਵੀਰ ਜੀਰਾ ਹੋ ਗਿਆ ਸੁਰਜੀਤ ਮਾਨ ਹੋ ਗਿਆ ਕਾਮਰੇਡ ਨੱਥੂ ਰਾਮ ਹੋ ਗਿਆ ਪਾੜਾ ਹੋ ਗਿਆ ਕਿੰਨੇ ਮੰਤਰੀ ਦੇ ਉਹ ਵਾਰ ਵਾਰ ਇਹੀ ਗੱਲ ਕਹਿੰਦੇ ਵੀ ਕੈਪਟਨ ਅਮਰਿੰਦਰ ਸਿੰਘ ਜੀ ਕਰੋ ਕੁਝ ਸਵਾਲ ਪੈਦਾ ਇਹ ਹੋ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਕੁਝ ਕਰ ਨਹੀਂ ਰਹੇ ਸਵਾਲ ਇਹ ਆ ਲੜਾਈ ਇਸ ਕਰਕੇ ਹੋ ਰਹੀ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਕਰਿਆ ਨੇ ਉਹਨਾਂ ਦਾ ਭਵਿੱਖ ਖਤਰੇ ਵਿੱਚ 2022 ਦੀਆਂ ਚੋਣਾਂ ਆ ਗਈਆਂ ਸਵਾਲ ਇੰਨਾ ਕਾ ਬਸ ਜੀ ਅੱਛਾ ਮੈਨੂੰ ਇੱਕ ਸਵਾਲ ਦੱਸ ਦਿਓ ਛਿੱਬੜ ਸਾਹਿਬ ਕੈਪਟਨ ਅਮਰਿੰਦਰ ਸਿੰਘ ਦੇ ਇਸ ਸੈਕਸ਼ਨ ਦੇ ਨਾਲ ਪੰਜਾਬ ਨੂੰ ਇਨਸਾਫ ਮਿਲੂਗਾ ਜਾਂ ਕੈਪਟਨ ਅਮਰਿੰਦਰ ਸਿੰਘ ਆਪਦੀ ਕੁਰਸੀ ਦਾ ਇਨਸਾਫ ਪਾਲਦੇ ਪਏ ਆ ਨਹੀਂ ਹੁਣ ਤਾਂ ਦੇਖੋ 6-7 ਮਹੀਨੇ ਰਹਿ ਗਏ ਜੀ ਹੁਣ ਤੁਸੀਂ ਕੀ ਸਮਝਦੇ ਆ ਜਿਹੜੀਆਂ 2 ਸਿੱਟਾਂ ਬਣੀਆਂ ਆ ਜਿਹੜੀ ਹਾਈ ਕੋਰਟ ਨੇ ਬਣਾਈ ਆ ਜੀ ਉਹਨੇ 6 ਮਹੀਨੇ ਚ ਆਪਣੀ ਰਿਪੋਰਟ ਦੇਣੀ ਆ ਵੀ 6 ਮਹੀਨੇ ਦੇ ਅੰਦਰ ਲੱਗੇ ਨਹੀਂ ਸਕਦਾ ਕਿ ਤੁਹਾਨੂੰ 6 ਮਹੀਨੇ ਦੇ ਅੰਦਰ ਇਨਸਾਫ ਮਿਲ ਜਾਵੇ ਇਹ ਤਾਂ ਹੁਣ ਜਿਹੜੀ ਇਨਸਾਫ ਆ ਅਗਲੀ ਸਰਕਾਰ ਦੇਵੇਗੀ ਨਹੀਂ ਦੇਵੇਗੀ ਇਹ ਤਾਂ ਅਗਲੀ ਸਰਕਾਰ ਚ ਲੱਗਿਆ ਸਿਰਫ ਤੇ ਸਿਰਫ ਜਿਹੜੀਆਂ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਠੀਕ ਖੜਿਆਲ ਸਾਹਿਬ ਸਿੱਧੂ ਸਾਹਿਬ ਦੇ ਉੱਤੇ ਜਾਂਚ ਬਿਠਾ ਲਓ ਪ੍ਰਗਟ ਸਿੰਘ ਉੱਤੇ ਜਾਂਚ ਬਿਠਾ ਲਓ ਮਿਸਟਰ ਚੰਨੀ ਦੇ ਉੱਤੇ ਜਾਂਚ ਬਿਠਾ ਲਓ ਇਹਨਾਂ ਚੋਂ ਸਰ ਕਿਸੇ ਨੂੰ ਕੋਈ ਅੰਦਰ ਦਿੱਤਾ ਜਾ ਸਕਦਾ ਖੜਿਆਲ ਸਾਹਿਬ ਬਾਦਲਾਂ ਦੇ ਬਾਰੇ ਤਾਂ ਤੁਸੀਂ ਬਿਆਨ ਨਹੀਂ ਦਿੰਦੇ ਪਏ ਗੇ ਇਹਨਾਂ ਨੂੰ ਅੰਦਰ ਦਿੱਤਾ ਜਾ ਸਕਦਾ ਤਿੰਨਾਂ ਨੂੰ ਸਿੰਘ ਸਾਹਿਬ ਦੇਖੋ ਇਹ ਉਹ ਲੋਕ ਨੇ ਜਿਹੜੇ ਕਹਿੰਦੇ ਆ ਕਿ ਜੇ ਕੈਪਟਨ ਸਾਹਿਬ ਕੁਛ ਕਰਨਗੇ ਤਾਂ ਮਾੜੇ ਜੇ ਕੁਛ ਨਾ ਕਰਨਗੇ ਤਾਂ ਮਾੜੇ ਕੈਪਟਨ ਸਾਹਿਬ ਦੀ ਸਿੰਪਲ ਪਾਲਿਸੀ ਹੈ ਉਹ ਇੰਟਰਫੇਅਰ ਕਰਦੇ ਨਹੀਂ ਜੋ ਵੀ ਇਨਵੈਸਟੀਗੇਸ਼ਨ ਦਾ ਵਟਐਵਰ ਜੋ ਵੀ ਰਿਜ਼ਲਟ ਆਊਗਾ ਦੈਟ ਵੁੱਡ ਆਬਵੀਅਸਲੀ ਗੋ ਇਨ ਦ ਕੋਰਟ ਕੋਰਟ ਜੋ ਫੈਸਲਾ ਕਰੂਗੀ ਉਹ ਆਪਣੇ ਸਾਹਮਣੇ ਆ ਜਾਊਗਾ ਸੋ ਦੇਰ ਇਜ਼ ਨਥਿੰਗ ਦੈਟ ਦ ਗਵਰਨਮੈਂਟ ਹੈਜ਼ ਟੂ ਡੂ ਵਿਦ ਇਟ ਅੱਛਾ ਖੜਿਆਲ ਸਾਹਿਬ ਇਹ ਕੋਰਟ ਨੇ ਫੈਸਲਾ ਕਰਨਾ ਹੈ ਵਿਜੀਲੈਂਸ ਫੈਸਲਾ ਨਹੀਂ ਕਰੂਗੀ ਇਹ ਮੰਨ ਕੇ ਚੱਲੀਏ ਵਿਜੀਲੈਂਸ ਸਿੰਘ ਸਾਹਿਬ ਵਿਜੀਲੈਂਸ ਇੱਕ ਰਿਪੋਰਟ ਦਿੰਦੀ ਹੁੰਦੀ ਹੈ ਸਜ਼ਾ ਕੋਰਟ ਕਰਦੀ ਹੈ ਉਹ ਗਵਰਨਮੈਂਟ ਦਾ ਕੰਮ ਨਹੀਂ ਹੈ ਕੇਪੀ ਸਿੰਘ ਜੀ ਹਾਂਜੀ ਤੁਹਾਡੇ ਸਾਹਮਣੇ ਹੀ ਆ
ਤੁਹਾਡੇ ਸਾਹਮਣੇ ਹੀ ਆ ਕਿੱਦਾਂ ਕੇਸ ਵਾਪਸ ਹੋਇਆ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ, ਕਿੱਦਾਂ ਕੇਸ ਟੈਕਨੀਕਲ ਆਧਾਰ ਤੇ ਹੈਂਡਲ ਕੀਤੇ ਗਏ ਆ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ। ਨਹੀਂ ਜੀ, ਇਹ ਕਿਉਂਕਿ ਮੁਖੀ ਨੇ, ਕੈਪਟਨ ਅਮਰਿੰਦਰ ਸਿੰਘ ਗ੍ਰਹਿ ਮੰਤਰੀ ਦੇ ਤੌਰ ਤੇ ਮੁਖੀ ਨੇ, ਹੁਣ ਸਿਆਸੀ ਡਰਾਮਾ ਚੱਲ ਰਿਹਾ ਪੰਜਾਬ ਚ, ਕੋਰੋਨਾ ਦਾ ਕੋਈ ਫਿਕਰ ਨਹੀਂ ਸਰਕਾਰ ਨੂੰ, ਸਿਰਫ ਅੰਦਰੂਨੀ ਪਾਵਰ ਹੂ ਵਿਲ ਲੀਡ ਦਾ ਕਾਂਗਰਸ, ਉਹ ਲੜਾਈ ਹੈ। ਠੀਕ ਹੈ, ਚਲੋ ਬਹੁਤ ਧੰਨਵਾਦ ਸੰਘੇੜਾ ਸਾਹਿਬ ਤੁਹਾਡਾ, ਕਲੇਰ ਸਾਹਿਬ ਤੁਹਾਡਾ ਬਹੁਤ ਧੰਨਵਾਦ, ਛਿੱਬਰ ਸਾਹਿਬ ਤੁਹਾਡਾ ਬਹੁਤ ਧੰਨਵਾਦ, ਖੜਿਆਲ ਸਾਹਿਬ ਤੁਹਾਡਾ ਬਹੁਤ ਧੰਨਵਾਦ। ਕਿਹੜੇ ਚੱਕਰ ਵਿੱਚ ਫਸੀ ਕਾਂਗਰਸ? ਕਾਂਗਰਸ ਇਸ ਚੱਕਰ ਵਿੱਚ ਫਸੀ ਹੈ ਕਿ ਪੰਜਾਬ ਨਾਲ ਜਿਹੜੇ ਵਾਅਦੇ ਕੀਤੇ ਸੀਗੇ 2017 ਵਿੱਚ, 2022 ਵਿੱਚ ਉਹ ਕਿੰਨੇ ਪੂਰੇ ਹੋਏ ਆ, ਲੋਕਾਂ ਨੂੰ ਕੀ ਦੱਸਾਂ ਕਿ ਇਸ ਚੱਕਰ ਵਿੱਚ ਫਸੀ ਹੈ ਕਾਂਗਰਸ। ਬਾਕੀ ਫੈਸਲਾ ਤੁਸੀਂ ਆਪੇ ਕਰ ਲਿਓ, ਤੁਹਾਨੂੰ ਪਤਾ ਕਿੰਨੇ ਚੋਣ ਵਾਅਦੇ ਕੀਤੇ ਸੀ ਅਤੇ ਕਿੰਨੇ ਪੂਰੇ ਹੋਏ ਆ। ਜਿਹੜੇ 85% ਕਹਿੰਦੇ ਆ ਉਹਨਾਂ ਨੂੰ ਵੀ ਪੁੱਛ ਲਿਓ, 15% ਕਿਹੜੇ ਰਹਿ ਗਏ ਅਤੇ 85% ਪੂਰੇ ਕਿਹੜੇ ਹੋਏ ਆ। ਬਹੁਤ ਧੰਨਵਾਦ।